परिपूर्ण परमात्मा ने जो एक महान शक्ति है, परम शक्ति है, उसने मनुख नु भी बहुत सारियां शक्तियां दित्तियां हुई हैं। वेखण दी शक्ति, सुनन दी शक्ति, बोलन ते चखण दी शक्ति, स्पर्श करन दी शक्ति, समझण दी शक्ति, लेकिन एक प्रबल शक्ति दित्ती है चेते शक्ति, सिमरती चेते शक्ति। कल का पढ़िया हुआ सबक आज विद्यार्थी नू याद नहीं, विकास नहीं कर सके, अगली क्लास विच जा नहीं सकता। कल का पढ़िया हुआ याद है ताई अगर सर हो सकता है, अगे बढ़ सकता है। इस सिमरति के चेते शक्ति ही परिपूर्ण परमात्मा ने अपनी तरफों एक महान सौगात मनुख नु प्रदान कीती है। इतनी प्रबल चेते शक्ति पशुआ कोल नहीं है, पंछिया कोल नहीं है। मनुखता दा सारा विकास, ज्ञान विज्ञान, वो सारी तामीर सिमरती ते खड़ी है। चलो एक उदाहरण दे रूप दे, एक कारपेंटर एक बड़ा ही दरखा बैल गड्डी बना रहे है, दिन ते कई लगते हैं। पिछोकी सिमरती कल जो उसने बनाया है उदी सिमरती नो अज अगे रख के फिर विकास करता है, फिर जोड़ता है। कल जो कुछ उसने बनाया है आज याद ही नहीं तो फिर की जोड़ेगा, अगों की बनाएगा। मनुख ये जो विकास करता है जिंदगी दे हर पहलू विच सिमरती करके, चेते करके, याद शक्ति करके। हुण मैं दूजा नुक्ता बयान करन लगा पूरी एकाग्रता नाल सरवण करना। सिमरती इस तरह है, ऐ जिवें टेप रिकॉर्डर कोई बोल रहा है ते टेप हुंदा जा रहा है, रिकॉर्ड हुंदा जा रहा है, रिकॉर्ड हुंदा जा रहा है। सिमरती साडे अंदर इस तरह है, तो ये सिमरती किस तरह बनती है? कुछ अखां ने वेखे है ते वेख के बड़ा रस मिल गया है, सुकून मिल गया, सुख मिल गया, उहदी अंदर छाप पै जांदी है, तो याद का हिस्सा बन जाता है। कुछ वेखे है ते वेख के बड़ी चोट लग गई है, या भय पैदा हो गया, तो याद
ਦਾ ਹਿੱਸਾ ਬਣ ਜਾਂਦਾ ਹੈ, ਭੁੱਲੇਗੀ ਨਹੀਂ ਭੁੱਲੇ। ਭਾਵੇਂ 20 ਸਾਲ ਪੁਰਾਣੀ ਗੱਲ ਹੈ, ਗਿਆਨੀ ਕਲਿਆਣ ਸਿੰਘ ਨਾਲ ਸਨ ਧਮਤਰੀ ਰਾਏਪੁਰ ਦੇ ਕੋਲ। ਬਰਸਾਤਾਂ ਦੇ ਦਿਨ ਟਹਿਲਣ ਵਾਸਤੇ ਨਿਕਲੇ। ਜ਼ਿੰਦਗੀ ਵਿਚ ਮੈਂ ਤੇ ਗਿਆਨੀ ਕਲਿਆਣ ਸਿੰਘ ਨੇ ਪਹਿਲੀ ਦਫਾ ਦੇਖਿਆ 40-50 ਸੱਪਾਂ ਦਾ ਝੁੰਡ। ਦੇਖ ਕੇ ਦੰਦ ਰਹਿ ਕਦਮ ਰੁਕ ਗਏ, ਅੱਗੋਂ ਸੱਪ ਹੀ ਸੀ। ਗਿਣਤੀ ਤੇ ਪੂਰੀ ਨਹੀਂ ਕਰ ਸਕੇ, ਅੰਦਾਜ਼ ਹੈ 40-50। ਗਿਆਨੀ ਕਲਿਆਣ ਸਿੰਘ ਵੀ ਕਹਿਣ ਲੱਗੇ, ਇਸ ਤਰ੍ਹਾਂ ਦਾ ਦ੍ਰਿਸ਼ ਤੇ ਮੈਂ ਨਹੀਂ ਦੇਖਿਆ। ਇੱਕ ਸੱਪ, ਦੋ ਸੱਪ ਤੇ 40-50 ਸੱਪ ਇਕੱਠੇ ਹੀ ਦੇਖੇ। ਔਰ ਗਜ਼ਬ ਦੀ ਗੱਲ, ਉਹ ਸਾਡੀ ਤਰਫ ਮੂੰਹ ਕਰਨ ਫਿਰ ਅੱਗੇ ਵਧਣ, ਅਸੀਂ ਰੁਕ ਗਏ। ਕਿਉਂਕਿ ਜਿਸ ਰਸਤੇ ਤੇ ਜਾ ਰਹੇ ਸੀ ਰਸਤੇ ਚ ਸਾਰੇ ਆ। ਹੁਣ ਗੱਲ ਤੇ ਹੋ ਗਈ 20 ਸਾਲ ਪੁਰਾਣੀ, ਪਰ ਸਿਮਰਤੀ ਦਾ ਅੰਗ ਬਣ ਗਈ, ਯਾਦ ਦਾ ਅੰਗ ਬਣ ਗਈ। ਜਿਵੇਂ ਸ਼ਹਿਰਾਂ ਦੇ 100 ਸਾਲਾ ਬੰਦੋਬਸਤ ਆਉਂਦੇ ਨੇ, ਪੁਰਾਣੀਆਂ ਫਾਈਲਾਂ ਦੇ ਢੇਰ ਲੱਗੇ ਆਉਂਦੇ ਨੇ ਅੰਬਾਰ, ਪ੍ਰਾਚੀਨ ਘਟਨਾਵਾਂ, ਪ੍ਰਾਚੀਨ ਕੰਮ ਜੋ ਕੀਤੇ ਨੇ, ਜਾਂ ਇਸ ਤੋਂ ਇਲਾਵਾ ਹੋਰ ਜ਼ਰੂਰੀ ਬੰਦੋਬਸਤ ਦੇ ਸੰਬੰਧ ਵਿੱਚ ਜੋ ਲਿਖਿਆ ਗਿਆ, ਉਹ ਫਾਈਲਾਂ ਦੇ ਅੰਬਾਰ ਅਕਸਰ ਸਟਾਕ ਦੇ ਚਾਹੁੰਦੇ ਨੇ ਹਰ ਮਹਿਕਮੇ ਵਿੱਚ। ਸਾਡੇ ਅੰਦਰ ਸਿਮਰਤੀਆਂ ਦਾ ਸਟਾਕ ਬਹੁਤ ਹੈ। ਜਿਵੇਂ ਕਦੀ ਕਦਾਈ ਕਿਸੇ ਇੱਕ ਅੱਧ ਫਾਈਲ ਦੀ ਲੋੜ ਪੈ ਜਾਂਦੀ ਹੈ, ਜਿਹਨੂੰ 50 ਸਾਲ ਤੱਕ ਖੋਲਿਆ ਵੀ ਨਹੀਂ ਸੀ, ਦੇਖਿਆ ਵੀ ਨਹੀਂ ਸੀ, ਫਿਰ ਉਹ ਫਾਈਲ ਲੱਭਣੀ ਪੈਂਦੀ, ਕਿਉਂਕਿ ਉਹਦੇ ਮੁਤਾਬਕ ਅੱਗੋਂ ਕੰਮ ਕਰਨਾ ਹੈ। ਕਦੀ ਕਦਾਈ ਕੁਝ ਇਸ ਤਰ੍ਹਾਂ ਦੀ ਬਾਹਰ ਘਟਨਾ ਘਟਦੀ ਹੈ, ਧਿਆਨ ਅੰਤਰਮੁਖੀ ਆਉਂਦਾ ਹੈ, 30 ਸਾਲ ਪੁਰਾਣੀ ਘਟਨਾ ਯਾਦ ਆ ਜਾਂਦੀ ਹੈ, 40 ਸਾਲ ਪੁਰਾਣੀ ਘਟਨਾ ਯਾਦ ਆ ਜਾਂਦੀ ਹੈ। ਵਿਗਿਆਨ ਐਸਾ ਕਹਿੰਦਾ, ਮਨੁੱਖ ਵੱਧ ਤੋਂ ਵੱਧ ਜਿਹੜੀ ਸਿਮਰਤੀ ਹੈ ਪਹੁੰਚ ਸਕਦਾ ਹੈ, 4 ਸਾਲ ਤੱਕ ਹੀ ਪਹੁੰਚ ਸਕਦਾ ਹੈ। 50-60 ਸਾਲ ਦਾ ਮਨੁੱਖ ਪਿਛੋਕੜ ਘਟਨਾਵਾਂ ਨੂੰ ਦੇਖਦਾ ਜਾਵੇ, 4 ਸਾਲ ਤੋਂ ਅੱਗੇ ਨਹੀਂ ਜਾਏਗੀ ਉਹਦੀ ਸ਼ਕਤੀ। 4 ਸਾਲ ਤੋਂ ਅਗਾਂਹ ਜੋ ਸਿਮਰਤੀਆਂ ਦਾ ਅੰਬਾਰ ਲੱਗਿਆ ਹੈ, ਪਹਿਲੇ ਵੀ ਹੈ ਪਰ ਅੱਗੇ ਜਾਂਦੀ ਨਹੀਂ ਹੈ। 4 ਸਾਲ ਤੋਂ ਪਹਿਲੇ ਵੀ ਹੈ, ਇਸ ਜਨਮ ਤੋਂ ਪਹਿਲੇ ਵੀ ਹੈ, ਉਸ ਜਨਮ ਤੋਂ ਪਹਿਲੇ ਵੀ ਹੈ। ਮਨੁੱਖ ਦੀ ਚੇਤੇ ਸ਼ਕਤੀ ਸਿਮਰਤੀ, ਇੰਜ ਕਹਿ ਲੋ, ਕੀਤਾ ਵੇਖੀਏ, ਹੋਰ ਵੇਖੀਏ, ਹੋਰ ਵੇਖੀਏ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ, ਉਹਦੀ ਛਾਪ ਮੋਹ ਲੱਗ ਜਾਂਦੀ ਹੈ। ਕੁਝ ਵੇਖਿਆ, ਵੇਖਣ ਨਾਲ ਬਿਸਮਾਦ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ,
ਸਹਿਮ ਪੈਦਾ ਹੋ ਗਿਆ, ਚੋਟ ਲੱਗ ਗਈ ਹੈ ਵੇਖਣ ਨਾਲ, ਸਿਮਰਤੀ ਦਾ ਹਿੱਸਾ ਬਣ ਗਈ ਹੈ, ਉਹ ਵੀ ਅੰਦਰ ਪਈ। ਕੁਝ ਸੁਣਿਆ ਸੀ, ਸੁਣ ਕੇ ਬਿਸਮਾਦ ਤਾਰੀ ਹੋਇਆ, ਬੜੀ ਖੁਸ਼ੀ ਮਿਲੀ, ਆਨੰਦ ਮਿਲਿਆ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗ ਗਈ, ਵਾਹੀ ਜ਼ਹਿਰ ਤੋਂ ਵੀ ਕੌੜੀ, ਬਿਲਕੁਲ ਫਿੱਕੇ, ਬਿਲਕੁਲ ਬੇਸਵਾਦੀ। ਉਸ ਨਾਲ ਵੀ ਆਘਾਤ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸਾਇੰਟਿਸਟ ਕਹਿੰਦੇ ਪਏ ਨੇ, ਨਾਸਕਾ ਜੋ ਸੁੰਘਦੀ ਹੈ, ਇਹ ਸਿਮਰਤੀ ਦੀ ਛਾਪ ਸਭ ਤੋਂ ਪ੍ਰਬਲ ਪੈਂਦੀ ਹੈ, ਇੰਝ ਕਹਿੰਦੇ ਨੇ ਅਜੋਕੇ ਵਿਗਿਆਨਕ। ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ, ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆ ਗਿਆ, ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ, ਸਿਮਰਤੀ ਦਾ ਹਿੱਸਾ ਬਣ ਗਿਆ। ਔਰ ਉਹ ਇਹ ਕਹਿੰਦੇ ਨੇ, ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਛਾਪ ਜ਼ਿਆਦਾ ਪੈ ਜਾਂਦਾ ਹੈ, ਇੰਝ ਕਹਿੰਦੇ। ਕਿਸ ਆਧਾਰ ਤੇ ਕਹਿੰਦੇ ਨੇ, ਉਹ ਤੇ ਉਹਨਾਂ ਦੀ ਖੋਜ ਹੈ, ਪਰ ਕਹਿਣ ਲੱਗ ਪਏ। ਪਰ ਭਿਅੰਕਰ ਕੋਈ ਦੁਰਗੰਧ ਲੰਘਿਆ ਕਿਸੇ ਪਾਸੋਂ, ਬੜੀ ਭਿਅੰਕਰ ਦੁਰਗੰਧ, ਨੱਕ ਤੇ ਕਪੜਾ ਦੇਣ ਨੂੰ ਜੀ ਕੀਤਾ ਹੈ, ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦੀ ਹੈ। ਔਰ ਕਦੀ ਕਦਾਈ ਜਦ ਧਿਆਨ ਅੰਦਰ ਜਾਂਦਾ ਹੈ, ਉਹ ਸੁਗੰਧ ਦੁਰਗੰਧ ਯਾਦ ਆਉਂਦੀ ਹੈ, ਉਹ ਮਿੱਠੇ ਬਾਹ ਔਰ ਕੱਢੀ ਹੋਈ ਗਾਲ ਯਾਦ ਆ ਜਾਂਦੀ ਹੈ, ਭਾਵੇਂ 30 ਸਾਲ ਪਹਿਲੇ ਕਿਸੇ ਨੇ ਗਾਲ ਕੱਢੀ ਸੀ, ਭਾਵੇਂ 30 ਸਾਲ ਪਹਿਲੇ ਸੁਣ ਕੇ ਆਨੰਦ ਆਇਆ ਸੀ, ਯਾਦ ਆ ਜਾਂਦਾ। ਉਹ ਦ੍ਰਿਸ਼ ਜੋ ਵੇਖ ਕੇ ਬੜਾ ਰਸ ਮਿਲਿਆ ਜਾਂ ਵਹਿ ਕੇ ਬੜਾ ਸਹਿਮ ਪੈਦਾ ਹੋ ਗਿਆ, ਭਾਵੇਂ 20-30 ਸਾਲ 40 ਸਾਲ ਪੁਰਾਣਾ, ਜਦ ਵੀ ਕਦੀ ਧਿਆਨ ਅੰਦਰ ਜਾਂਦਾ ਯਾਦ ਆ, ਉਸ ਪਾਸੇ ਧਿਆਨ, ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਯਾਦ ਆ। ਇਸੇ ਤਰ੍ਹਾਂ ਛੂਹਿਆ ਕਿਸੇ ਬਹੁਤ ਕੋਮਲ, ਬੜਾ ਹੀ ਕੋਮਲ, ਸਪਰਸ਼ਤਾ ਖਲੜੀ ਦਾ ਰਸ ਹੈ, ਕਿਸੇ ਮਿੱਤਰ ਨੂੰ ਗੱਲ ਨਾਲ ਲਾਇਆ, ਪੁੱਤਰ ਨੂੰ ਗੱਲ ਨਾਲ ਲਾਇਆ, ਸਪਰਸ਼ਤਾ ਸੁੱਖ ਮਿਲਿਆ, ਰਸ ਮਿਲਿਆ, ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ। ਪਰ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ, ਇਕਦਮ ਹੱਥ ਜਲ ਗਿਆ, ਅਚਨਚੇ ਛਾਲੇ ਪੈ ਗਏ, ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਛਾਪ ਬਣ ਜਾਂਦੀ। ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ, ਜਿਵੇਂ ਹੱਥ ਜਲਿਆ ਸੀ ਯਾਦ ਆ ਜਾਂਦਾ, ਭਾਵੇਂ 30 ਸਾਲ ਪਹਿਲੇ ਜਲਿਆ ਸੀ, ਭਾਵੇਂ 20 ਸਾਲ ਪਹਿਲੇ ਜਲਿਆ ਸੀ।
ਛੋਇਆ ਬੜਾ ਕੋਮਲ, ਛੋਇਆ ਸਪਰਸ਼ ਕੀਤਾ ਬੜਾ ਰਸ ਮਿਲਿਆ, ਉਹਦੀ ਵੀ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਜਦ ਵੀ ਕਦੀ ਧਿਆਨ ਉਸ ਕੋਣੇ ਚ ਜਾਂਦਾ ਉਹ ਘਟਨਾ ਯਾਦ ਆ ਜਾਂਦੀ। ਪਰ ਛੋਇਆ ਤੇ ਹੱਥ ਜਲ ਗਏ, ਹੱਥ ਜਲ ਗਏ। 3 ਸਾਲ ਪਹਿਲੇ ਮੈਨੂੰ ਲੋਹ ਲੱਗ ਗਈ ਬਹੁਤ ਗਰਮ, ਜੂਨ ਦਾ ਮਹੀਨਾ ਸੀ ਤੇ ਰਾਜਸਥਾਨ ਵਿੱਚ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ, ਮੋਰ ਵੀ ਮਰਨ ਲੱਗ ਪਏ ਸਨ। 400-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ। ਬਾਰਿਸ਼ਾਂ ਹੋਈਆਂ ਨਾ 2-3 ਸਾਲ ਤੇ ਪਹਾੜਾਂ ਦਿੱਤੇ ਜਿਹੜੇ ਝਰਨੇ ਸਨ, ਸਰੋਵਰ ਸਨ, ਸੁੱਕ ਗਏ। ਰਾਜਸਥਾਨ ਗੌਰਮੈਂਟ ਚਿੰਤਾ ਚ ਪਈ, ਇੱਥੇ ਮੋਰ ਸਾਰੇ ਹੀ ਮਰ ਜਾਣ। ਫਿਰ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਨਾ ਉਹ ਅੱਗੇ ਆਈਆਂ, ਟੈਂਕਰਾਂ ਦੇ ਰਾਹੀਂ ਪਾਣੀ ਯਤਨਾਂ ਦੇ ਨਾਲ ਉੱਪਰ ਪਹੁੰਚਾਉਣਾ ਸ਼ੁਰੂ ਕੀਤਾ, ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪਹੁੰਚਾਇਆ। ਜਿੱਥੇ ਜਿੱਥੇ ਸਰੋਵਰ ਸਨ, ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪਹੁੰਚਾਇਆ। ਕਿਉਂਕਿ ਹਰ ਧਾਰਮਿਕ ਸੰਸਥਾ ਅੱਗੇ ਆਈ ਤੇ 2-3 ਹਿਰਨ ਮਰੇ ਕਿਧਰੇ ਸੈਰ ਕਰਦਿਆਂ ਮੈਂ ਵੀ ਦੇਖ ਲਿਆ। ਤੋ ਆਪਾਂ ਰੋਜ਼ ਆਹ ਮੇਰਾ ਭਤੀਜਾ ਮਹਿਸ਼ੀ ਜੀਪ ਭਰ ਲੈਂਦੇ ਸੀ ਘਾਹ ਦੀ, ਔਰ ਇਸ ਤੋਂ ਇਲਾਵਾ ਹੋਰ ਜੋ ਹਿਰਨ ਖਾਂਦੇ ਨੇ ਜੀਪ ਲੱਦ ਲੈਂਦੇ ਸੀ, ਉੱਪਰ ਚਲੇ ਜਾਂਦੇ ਸੀ ਜਿੱਥੇ ਤੱਕ ਜੀਪ ਜਾ ਸਕਦੀ ਸੀ। ਫਿਰ ਸਮਾਨ ਚੁੱਕ ਕੇ ਉੱਥੇ ਉੱਥੇ ਖਲੇਰਦੇ ਸੀ ਜਿੱਥੇ ਵਿਚਾਰੇ ਹਿਰਨ ਰਿਜ਼ਕ ਦੀ ਤਲਾਸ਼ਦੇ ਸੀ। ਇੱਕ ਦਿਨ ਇਹ ਦ੍ਰਿਸ਼ ਮੈਂ ਦੇਖਣ ਲੱਗ ਪਿਆ, ਮੈਂ ਕਿਹਾ ਹੁਣ ਤਾਂ ਹੀ ਜਾਣਾ, ਇਹ ਸਾਰਾ ਖਾ ਲੈਣਗੇ। ਦੇਖਦੇ ਹਾਂ ਲੂ ਬੜੀ ਚੱਲ ਰਹੀ ਸੀ, ਗਰਮੀ ਬੜੀ ਹੈਗਾ ਸੀ, ਭਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ, ਘਰ ਆਉਂਦਿਆਂ ਲੂ ਲੱਗ। 15-20 ਦਿਨ ਤੇ ਫਿਰ ਮੈਂ ਮੰਜੇ ਤੋਂ ਉੱਠ ਹੀ ਨਹੀਂ ਸਕਿਆ, ਇਲਾਜ ਚੱਲਦਾ ਰਿਹਾ। ਉਹ ਜਿਹੜੀ ਲੱਗੀ ਲੋਹ ਭਾਵੇਂ 3 ਸਾਲ ਪਹਿਲੇ ਲੱਗੇ, ਸਿਮਰਤੀ ਦਾ ਹਿੱਸਾ ਬਣ ਗਿਆ, ਅੰਗ ਬਣ ਗਿਆ। ਜਦ ਵੀ ਕਦੀ ਧਿਆਨ ਉਸ ਕੋਣੇ ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੀ, ਉਹ ਦਰਖਤ, ਉਹ ਹਿਰਨਾਂ ਦਾ ਦ੍ਰਿਸ਼ ਯਾਦ ਆ ਜਾਂਦਾ ਹੈ। ਉਮੀਦ ਹੈ ਇਹ ਗੱਲ ਪੂਰੀ ਪਕੜ ਚ ਆਪ ਜੀ ਦੀ ਆ ਗਈ। ਹਰ ਇੱਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤੀਆਂ ਚੱਲਦੀਆਂ। ਮੂਲ ਰੂਪ ਵਿੱਚ ਹੁਣ ਮੈਂ ਇਤਨਾ ਕਹਿ ਦਿਆਂ, ਕੁਝ ਵੇਖਿਆ ਸੀ, ਕੁਝ ਸੁਣਿਆ ਸੀ, ਕੁਝ ਚੱਕਿਆ ਸੀ, ਕੁਝ ਸੁੰਘਿਆ ਸੀ, ਕੁਝ ਸਪਰਸ਼ ਕੀਤਾ ਸੀ, ਚੋਟ ਬੜੀ ਲੱਗ, ਸਹਿਮ ਬੜਾ ਪੈਦਾ, ਦੁੱਖ ਬਹੁਤ ਮਿਲਿਆ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਹਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾਂ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ, ਇੱਕ ਜਨਮ ਦੀਆਂ ਨੇ ਇੱਕ
ਕਿਉਂਕਿ ਕਰੋੜਾਂ ਜਨਮਾਂ ਵਿੱਚ ਕਦੀ ਦੁੱਖ ਭੋਗਦੇ ਰਹੇ ਹਾਂ, ਕਦੀ ਸੁੱਖ, ਕਦੀ ਦਿਨ ਦੇ ਵਿੱਚ ਜੀਵਦੇ ਰਹੇ ਹਾਂ, ਕਦੀ ਰਾਤ ਵਿੱਚ, ਕਦੀ ਹੱਸਦੇ ਰਹੇ ਹਾਂ, ਕਦੀ ਰੋਂਦੇ, ਕਦੀ ਦੁਖੀ ਕਦੀ ਸੁਖੀ, ਇਹਦੇ ਨਾਲ ਚੱਲਦਾ ਹੈ। ਜੇ ਜ਼ਿੰਦਾ ਤਾਂ ਰਾਤ ਦੇ ਵਿੱਚ ਵੀ ਜੀਣਾ ਪਏਗਾ, ਦਿਨ ਦੇ ਵਿੱਚ ਵੀ ਜੀਣਾ। ਜੀਵਨ ਚੱਲ ਰਿਹਾ ਤਾਂ ਦੁੱਖਾਂ ਚ ਵੀ ਜੀਣਾ ਪਏਗਾ, ਸੁੱਖਾਂ ਚ ਵੀ ਜੀਣਾ। ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਇੰਝ ਕਹਿ ਲਓ ਫਾਇਲਾਂ ਦਾ ਅੰਬਾਰ ਲੱਗਿਆ ਪਿਆ ਕਰੋੜਾਂ ਜਨਮਾਂ, ਅੰਦਰ ਇਤਨੀ ਸਿਮਰਤੀ ਪਈ ਹੈ। ਕੁਛ ਸਤਪੁਰਸ਼, ਕੁਛ ਮਹਾਂਪੁਰਸ਼ ਇਹਨਾਂ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ। ਚਲੋ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ, ਉਹ ਕਹਿੰਦੇ ਨੇ ਨਾ ਬੋਧ ਹੇਚ ਨਿਸ਼ਾਨ ਹਾਂਜ਼ੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵੁਰਦ ਦਰ ਵਜੂਦ ਮਰਾ। ਹੇ ਪ੍ਰਭੂ, ਹੇ ਪਰਮਾਤਮਾ, ਇਸ ਸਰੀਰ ਦੇ ਉੱਤੇ ਮੈਂ ਨਹੀਂ ਸੀ, ਸਿਰਫ ਸਰੀਰ ਹੀ ਨਹੀਂ, ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ, ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾਂ, ਤੇਰੀ ਤਲਾਸ਼ ਦੇ ਚਾਂ। ਹੁਣ ਤੁਸੀਂ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚ ਹੋ ਸਕਦੀ ਹੈ। ਸੁੱਖ ਪਸ਼ੂ ਨੂੰ ਵੀ ਚਾਹੀਦਾ ਹੈ, ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ, ਦੁੱਖ ਤਾਂ ਉਹ ਵੀ ਬਚਦਾ ਹੈ। ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ, ਮੌਤ ਪਸ਼ੂ ਨੂੰ ਵੀ ਨਹੀਂ ਚਾਹੀਦੀ, ਮੌਤ ਦੇ ਡਰ ਤੋਂ ਉਹ ਵੀ ਬਚਦਾ ਹੈ। ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁੱਖ ਹੈ, ਸੁੱਖ ਦੀ ਮੰਗ ਹੀ ਪਰਮਾਤਮਾ ਦੀ ਮੰਗ ਹੈ, ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ। ਕਿਉਂਕਿ ਪਰਮਾਤਮਾ ਪਰਮ ਜੀਵਨ ਹੈ, ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ। ਪਰਮਾਤਮਾ ਸੁੱਖ ਹੈ ਤੇ ਪਰਮ ਸੁੱਖ ਹੈ, ਇਸ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ, ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ। ਭਾਵੇਂ ਤ੍ਰਿਗਤੀ ਜੀਵਨ ਹੋਵੇ ਕਿਸੇ ਦਾ, ਜੀਵਣਾ ਤੇ ਉਹ ਵੀ ਚਾਹੁੰਦਾ, ਜੀਵਣਾ ਤੇ ਸੱਪ ਵੀ ਚਾਹੁੰਦਾ, ਉਹ ਵੀ ਦੇਖਦਾ ਇੱਧਰ ਖਤਰਾ ਤੇ ਮੂੰਹ ਮੋੜ ਕੇ ਵੱਜਦਾ। ਜੀਵਣਾ ਤੇ ਸੂਰ ਵੀ ਚਾਹੁੰਦਾ, ਜਦੋਂ ਉਹ ਦੇਖਦਾ ਮੈਨੂੰ ਪਕੜਨ ਲੱਗੇ ਨਾ ਉਹ ਵੀ ਵੱਜਦਾ। ਤ੍ਰਿਗਤ ਤੋਂ ਤ੍ਰਿਗਤ ਜੋਨੀ ਵੀ ਜੀਵਣਾ ਚਾਹੁੰਦੀ ਹੈ, ਜੀਵਨ ਦੀ ਲਾਲਸਾ ਹੀ ਪਰਮਾਤਮਾ ਦੀ ਲਾਲਸਾ ਹੈ। ਕਿਉਂਕਿ ਪਰਮਾਤਮਾ ਪਰਮ ਜੀਵਨ ਹੈ, ਪਰਮ ਜੀਵਨ ਸੁੱਖ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਹੈ, ਕਿਉਂਕਿ ਪਰਮਾਤਮਾ ਪਰਮ ਸੁੱਖ ਹੈ। ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਹੈ, ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਹੈ, ਜਿੱਥੇ ਜਿੱਥੇ ਉਹ ਸੁੱਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ, ਸੁੱਖ ਨਹੀਂ ਮਿਲਦਾ। ਤੇ ਜਿੱਥੇ ਸੁੱਖ ਹੈ ਤਲਾਸ਼ ਨਹੀਂ ਕਰਦਾ, ਖੋਜ ਨਹੀਂ ਕਰਦਾ, ਬਸ ਇੰਨੀ ਗੱਲ।
ਮੈਂ ਫਿਰ ਦੁਹਰਾਵਾਂ, ਸੁਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ, ਜਿਨ੍ਹਾਂ ਜਿਨ੍ਹਾਂ ਨਾਲ ਸੁਖ ਦੀ ਇੱਛਾ ਜੋੜਦਾ, ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ, ਸੁਖ ਨਹੀਂ ਮਿਲਦਾ। ਸੁਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ, ਜੀਵਨ ਦਰ ਜੀਵਨ ਚੱਲਦਾ। ਤਾਂ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ, ਹਰ ਜੀਵਨ ਵਿੱਚ ਮੈਨੂੰ ਜੀਵਨ ਤੇ ਚਾਹੀਦਾ ਸੀ, ਸੁਖ ਤੇ ਚਾਹੀਦਾ ਸੀ। ਜੋ ਕੁਛ ਨੰਦ ਲਾਲ ਕਹਿ ਰਹੇ ਨੇ, ਇੱਕ ਸੂਫੀ ਵੀ ਕਹਿੰਦਾ, ਉਹਦੇ ਕਹਿਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਉਹ ਕਹਿੰਦੇ ਜੋ ਇਹਨਾਂ ਵਿੱਚ ਸ਼ਮਸ ਤਬਰੇਜ਼ ਸਭ ਤੋਂ ਅਗਰਸਰ ਹੈ, ਸਭ ਤੋਂ ਅੱਗੇ ਹੈ। ਉਹ ਕਹਿੰਦਾ, ਆਦਮ ਨਾ ਬੋਧੋ ਮਨ ਬੋਧਮ, ਐ ਖੁਦਾਵੰਤ ਆਲਾ, ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ, ਪਰ ਮੈਂ ਤੇ ਉਦੋਂ ਵੀ ਸੀ। ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਹਾਂ, ਪਰ ਫਿਰ ਵੀ ਮੈਂ ਤੇ ਹੈ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ। ਹਵਾ ਕਹਿੰਦੇ ਨੇ ਮਾਇਆ, ਕਿ ਮਾਇਆ ਰੂਪੀ ਛਲ ਰੂਪੀ ਤੂੰ ਸੰਸਾਰ ਵੀ ਨਹੀਂ ਬਣਾਇਆ ਸੀ। ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਆਵੇ, ਪ੍ਰਭਾਵਿਤ ਵੀ ਕਰੇ ਤੇ ਪਕੜਦੇ ਚ ਨਾ ਆਵੇ। ਜਿਵੇਂ ਹਵਾ ਨੂੰ ਮੁੱਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁੱਠੀ ਦੇ ਚੋਂ, ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ, ਮੁੱਠ ਦੇ ਚ ਨਿਕਲ ਜਾਂਦੀ, ਮੁੱਠੀ ਚ ਰਹਿੰਦੇ ਨੇ। ਇਹਨੂੰ ਕਹਿੰਦੇ ਨੇ ਮਾਇਆ, ਮਾਈ ਮਾਇਆ ਛਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਸ ਵਾਸਤੇ ਭਗਤ ਕਬੀਰ ਜੀ ਨੇ ਕਹਿ ਦਿੱਤਾ, ਠੀਕ ਹੈ ਹੇ ਪ੍ਰਭੂ, ਸੰਸਾਰ ਦੇ ਤੇ ਬੜੀਆਂ ਠੱਗੀਆਂ ਚੱਲਦੀਆਂ ਨੇ ਔਰ ਬੜੇ ਠੱਗ ਨੇ, ਪਰ ਤੂੰ ਸਭ ਤੋਂ ਵੱਡਾ ਠੱਗ ਹੈ। ਇੰਜ ਕਹਿ ਦਿੱਤਾ, ਹਰ ਠੱਗ ਜਗ ਕੋ ਠਗੋਰੀ ਲਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ। ਹਰ ਠੱਗ ਬੜਾ ਵੱਡਾ ਠੱਗ ਹੈ ਤੂੰ, ਐ ਮਾਇਆ ਬਣਾ ਕੇ ਤੂੰ ਸਾਨੂੰ ਛਲ ਲਿਆ ਤੇ ਪਰਮ ਸੁਖ ਤੋਂ ਅਸੀਂ ਵਾਂਝੇ ਰਹੇ, ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ। ਇੰਨਾ ਬਿਖੜਾ ਪਰਚਾ ਤੂੰ ਪਾਇਆ ਪਾਇਆ, ਹੱਲ ਨਹੀਂ ਆਉਂਦਾ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੀਚਾਰੇ। ਕੀ ਕਰੀਏ, ਐਸਾ ਤੂੰ ਪਰਚਾ ਪਾਇਆ, ਹੱਲ ਨਹੀਂ ਆਉਂਦਾ, ਹੱਲ ਨਹੀਂ ਆਉਂਦਾ। ਔਰ ਪਰਚੇ ਚ ਹੀ ਬੰਦਾ ਉਲਝ ਕੇ ਰਹਿ ਜਾਂਦਾ, ਸੰਸਾਰ ਦੇ ਚ ਹੀ ਉਲਝ ਕੇ ਰਹਿ ਜਾਂਦਾ, ਪਰਿਵਾਰ ਦੇ ਚ ਹੀ ਉਲਝ ਕੇ ਰਹਿੰਦਾ, ਸੰਸਾਰ ਦੀਆਂ ਸਮੱਸਿਆਵਾਂ ਦੇ ਚ ਹੀ ਫਸ ਕੇ ਰਹਿ ਜਾਂਦਾ। ਹਰ ਠੱਗ ਜਗ ਕੋ ਠਗੋਰੀ, ਐਸਾ ਕਬੀਰ ਨੇ ਕਿਹਾ। ਇਸਲਾਮ ਇਸ ਨੂੰ ਕਹਿੰਦੇ ਨੇ ਹਵਾ, ਰੱਬ ਨੇ ਹਵਾ ਖੜਾ ਕੀਤਾ ਹੋਇਆ, ਬੰਦਾ ਇਸੇ ਚ ਹੀ ਫਸ ਕੇ ਰਹਿ ਜਾਂਦਾ। ਪਰ ਸ਼ਮਸ ਤਬਰੇਜ਼ ਕਹਿੰਦਾ ਹੈ,
ਇਹ ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ, ਅੱਜ ਦਾ ਨਹੀਂ ਹੈ। ਹਵਾ ਨਾ ਬੋਦੋ ਮਨ ਬੋਦਮ, ਇਹ ਕਸ ਨਾ ਬੋਦੋ ਮਨ ਬੋਦਮ, ਮਨ ਆਸ਼ਕੇ ਦੇਰੀ ਨਾਲ। ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਛ ਵੀ ਨਹੀਂ ਸੀ, ਮੈਂ ਹੇ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ। ਮਨ ਆਸ਼ਕੇ ਦੇਰੀ ਨਾਲ, ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕ ਹਾਂ, ਤੇਰੀ ਤਲਾਸ਼ ਦੇ। ਜੀਵਨ ਕਿਸ ਤਰ੍ਹਾਂ ਦਾ ਵੀ ਸੀ, ਦ੍ਰਿਸ਼ ਅਦ੍ਰਿਸ਼, ਜੀਵਨ ਨੂੰ ਜੀਵਨ ਚਾਹੀਦਾ ਸੀ, ਸਦੀਵੀ ਜੀਵਨ ਚਾਹੀਦਾ ਸੀ। ਸਦੀਵੀ ਜੀਵਨ ਪਰਮਾਤਮਾ ਹੈ, ਪਰਮ ਸੁੱਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ, ਪਰਮ ਸੁੱਖ ਪਰਮਾਤਮਾ ਹੈ। ਪਰਮ ਖੇੜਾ ਚਾਹੀਦਾ ਸੀ ਜਿਹਦੇ ਚ ਮੁਰਝਾਣਾ ਨਾ ਹੋਵੇ, ਉਹ ਪਰਮ ਖੇੜਾ ਤੇ ਪਰਮਾਤਮਾ ਹੈ। ਇੰਜ ਕਹਿ ਲਓ, ਮੰਗ ਤੇ ਹਰ ਇੱਕ ਦੀ, ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ। ਪਰ ਇੱਕ ਭੁਲੇਖਾ ਪੈ ਜਾਂਦਾ, ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਹੈ ਉੱਥੇ ਨਹੀਂ ਹੈ, ਉੱਥੋਂ ਨਹੀਂ ਮਿਲਦਾ ਇਹ ਪਰਮ ਸੁੱਖ, ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵਨ। ਲੱਭਦਾ ਰਿਹਾ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ, ਮਰਾਂ ਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ਰਿਸ਼ੀ ਮੁਨੀ ਵੀ, ਔਰ ਕਾਇਆ ਕਲਪ ਕਰਦੇ ਰਹੇ ਨੇ। ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ, 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25-26 ਸਾਲ ਦੇ ਜਵਾਨ ਬਣਦੇ। ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ। ਔਰ ਕਈ ਦਫਾ ਇਹ ਕਾਇਆ ਕਲਪ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ਰਿਸ਼ੀ ਮੁਨੀ ਕਰਦੇ ਰਹੇ। ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ, ਲੱਭਦੇ ਰਹੇ ਨੇ, ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ। ਅੱਜ ਦੇ ਸਾਇੰਟਿਸਟ ਵੀ ਯਤਨ ਪਏ ਕਰਦੇ ਨੇ ਮਨੁੱਖ 300-400 ਸਾਲ ਤੱਕ ਜ਼ਿੰਦਾ ਰਹਿ ਸਕੇ, ਲੱਭਦੇ ਪਏ, ਕੋਸ਼ਿਸ਼ ਪਏ ਕਰਦੇ, ਯਤਨ ਪਏ ਜੁਟਾਉਂਦੇ ਨੇ। ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪ੍ਰਬਲ ਹੈ, ਸਦੀਵੀ ਸੁੱਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪ੍ਰਬਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ, ਸਦੀਵੀ ਜੀਵਨ ਪਰਮਾਤਮਾ ਹੈ, ਸਦੀਵੀ ਸੁੱਖ ਪਰਮਾਤਮਾ ਹੈ, ਬਾਕੀ ਨਹੀਂ ਹੈ, ਕਿਧਰੇ ਵੀ ਨਹੀਂ ਹੈ, ਹੈ ਹੀ ਹੈ। ਮੰਗ ਠੀਕ ਹੈ, ਮੰਗ ਦੀ ਪੂਰਤੀ ਦਾ ਸਾਧਨ ਗਲਤ ਹੈ, ਸਾਧਨ ਗਲਤ ਹੈ। ਜੈਸੇ ਪਟਨਾ ਸਾਹਿਬ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਵਾਂ ਪੱਛਮ ਦੀ ਤਰਫ, ਔਰ ਬੜੀ ਤੇਜ਼ੀ ਨਾਲ ਚੱਲਾਂ, ਔਰ ਆਖਾਂ ਤੇਜ਼ ਤੇਜ਼ ਚੱਲਾਂ ਤਾਂ ਕਿ ਛੇਤੀ ਪਹੁੰਚ ਜਾਵਾਂ, ਜਿਤਨਾ ਤੇਜ਼ੀ ਨਾਲ ਚੱਲਾਂਗਾ ਉਤਨਾ ਹੀ ਦੂਰ ਹੋ ਜਾਵਾਂ, ਕਿਉਂਕਿ ਉਸ ਦਿਸ਼ਾ ਚ ਹੈ ਹੀ ਨਹੀਂ, ਜਿਸ ਦਿਸ਼ਾ ਚ ਹੈ ਹੀ ਨਹੀਂ ਮੈਂ ਉਸ ਦਿਸ਼ਾ ਦੇ ਵਿੱਚ ਦੌੜ ਰਿਹਾ, ਭੱਜ ਰਿਹਾ। ਜਿਤਨਾ ਭੱਜਾਂਗਾ, ਜਿਤਨਾ ਥੋੜਾਂਗਾ, ਥੱਕਾਂਗਾ, ਟੁੱਟਾਂਗਾ, ਪਹੁੰਚਾਂਗਾ ਨਹੀਂ। ਸੁੱਖ ਮੰਗਦਿਆਂ ਮੰਗਦਿਆਂ, ਸੁੱਖ ਚਾਹੁੰਦਿਆਂ ਚਾਹੁੰਦਿਆਂ ਮਨੁੱਖ ਥੱਕ ਜਾਂਦਾ ਹੈ, ਟੁੱਟ ਜਾਂਦਾ ਹੈ, ਮਰ ਜਾਂਦਾ ਹੈ। ਬਹੁਤ ਕੁਛ ਮਿਲਦਾ ਹੈ ਪਰ ਸੁੱਖ ਨਹੀਂ ਮਿਲਦਾ।
सुख नहीं मिलता, क्योंकि दिशा गलत है। मनोरथ ठीक है, मंग ठीक है, मंग दी प्राप्ति दे साधन गलत है। जैसे कोई हुण रेत दे चों तेल कढ़ना चाहे, ये किस तरह हो सकता है? सरसों दे चों निकलेगा, तिलां दे चों तेल निकलेगा, रेत दे चों नहीं निकलेगा। ते कोई तार्किक होवे, जिवें तर्कशील अजकल खड़े हुए ने, तर्क झूठ ते हो सकदा, तर्क सच ते नहीं हो सकदा। ते जे किधरे सच ते भी करन लग पाओ तो वो जिहड़ा तर्क है वह कुतर्क हो जाता है, क्योंकि तर्क की जा सकती। मैं कह दिया मैं नहीं मनता रब, तो कोई भी कह सकता। ये तर्क ये दे सकता है, क्योंकि मैनू दिखाई नहीं देता तो मैं नहीं मनता, नहीं मनता। जे उन्हू आखी वह अनुभव की अख न तीजी अख न देखा जाता, वह आखे तीजी अख आई नहीं, तो जिदी खुली नहीं वो ठीक कह रहे आई नहीं। जन्म तो जिहड़ा मनुख अंधा है, मैं अपनों शायद पहले जिक्र किया, उन्हों अंधेरे का कोई बोध नहीं आता, कोई बोध नहीं। मेरे नाल एक रागी सिंह रहा है, भाई भगवान सिंह, 10 साल, जन्म तो नेत्रहीन से, रायपुर की गल कीर्तन करके आ चुकिया से। मैं रात के 12 बजे जो अपने कमरे जान लगा, उन्हां दे कमरे की बत्ती भी जली हुई ते बैठे से, भावें वो 8:30 कीर्तन करके आ गए से। मैं जाके कोल बैठे ते सुभावक मेरी मुंह चो निकल गया, मैं कहा भाई साहब फड़े लई ते दिन भी रात है ते रात भी रात है, अनेरा ही अनेरा, अनेरा ही अनेरा, बत्ती जला के बैठे हुए सन। मैनू कह लगे मस्किन जी, मैनू अंधेरे का कोई ज्ञान नहीं, कोई ज्ञान नहीं। अंधेरा किसनों कहते, मैनू कुछ भी नहीं पता। अज तक तो लोग यही कहते ना कि अंधे की दुनिया च अंधेरा कथा ही नहीं। कहने लगे मैनू अंधेरे का कुछ भी नहीं पता। हुण दूजा नुकता ध्यान नाल सुनना, अगर अंधेरा दिखाई देता है अंधा नहीं है, नहीं। अंधेरे नू देखण वास्ते भी अखां च रोशनी चाहिए, रोशनी नाल अंधेरा देखिया जा सकता है। पर जो अंधेरे नू देख सकता है वह प्रकाश नू भी देख सकता है, पर जो अंधेरे नू देख सकता है अंधा नहीं है, नहीं। उस वक्त मैं भाई भगवान सिंह नू कहा, बड़ा मसला हल कर दिता है तुसी मेरा, मैं तो सुबह से तो गल की, बहुत गहरी गल कर दी, बहुत गहरी गल कर दी। अंधेरे नू देखने वास्ते भी थे अखां चाहीदियां ने। नाम जपद्या जपद्या सत्संग करद्या करद्या जिहड़ा पहला ज्ञान मिलता है, किस दा? अज्ञान दा ज्ञान मिलता है। बड़े ध्यान नाल सुन, मैनू कुछ नहीं पता, मैं कुछ नहीं जानता, इस चीज का पता चलता। पहला ज्ञान केड़ा मिलता है? अज्ञान का ज्ञान मिलता है। मैं कुछ नहीं जानता, मैनू कुछ भी नहीं समझ,
ਜੈਸੇ ਜ਼ੌਕ ਕਹਿੰਦੇ ਨੇ ਪੜ ਪੜ ਕੇ ਮੈਂ ਇਹ ਪੜ੍ਹਿਆ, ਬਹੁਤਾ ਪੜ ਪੜ ਕੇ ਮੈਂ ਇਹ ਜਾਣਿਆ ਕਿ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣ, ਕੁਛ ਨਹੀਂ ਜਾਣ। ਪਹਿਲਾ ਗਿਆਨ ਮਿਲਦਾ ਹੈ ਅਗਿਆਨ ਦਾ, ਫਿਰ ਗਿਆਨ ਮਿਲਦਾ ਹੈ ਭਗਵਾਨ ਦਾ। ਪਹਿਲੇ ਗਿਆਨ ਮਿਲਦਾ ਆਪਣੀ ਮੂਰਖ ਦਾ, ਨਾ ਸਮਝੀ ਦਾ, ਫਿਰ ਪ੍ਰਾਪਤ ਹੁੰਦੀ ਹੈ ਸਮਝ। ਪਹਿਲੇ ਤੇ ਅੰਧੇਰਾ ਹੀ ਦਿਖਾਈ ਦਿੰਦਾ, ਅੰਧੇਰਾ ਹੀ ਦਿਖਾਈ ਦਿੰਦਾ, ਪਰ ਕਮ ਸੇ ਕਮ ਅੰਧੇਰੇ ਨੂੰ ਵੇਖਣ ਦੀ ਸਬਲ ਤੇ ਹੋ ਗਿਆ। ਅੰਧੇਰਾ ਵੇਖ ਤੇ ਸਕਦਾ, ਤੇ ਜਿਹਨੂੰ ਅੰਧੇਰਾ ਦਿਖਾਈ ਦੇ ਰਿਹਾ ਬੱਤੀ ਜਲਾਉਣ ਦੀ ਵੀ ਕੋਸ਼ਿਸ਼ ਕਰੇਗਾ, ਅੰਧੇਰੇ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰੇਗਾ, ਅੰਧੇਰਾ ਦਿਖਾਈ ਨਹੀਂ ਦਿੰਦਾ। ਅੰਧੇਰੇ ਦਾ ਕੋਈ ਬੋਧ ਨਹੀਂ ਤੇ ਬੱਤੀ ਜਲਾਉਣ ਦਾ ਕੀ ਮਤਲਬ, ਬੱਤੀ ਜਲਾਉਣ ਦਾ ਕੀ ਮਤਲਬ। ਲੁਕਮਾਨ ਨੇ ਔਰ ਖਲੀਲ ਜਬਰਾਨ ਦੇ ਚ, ਇਹ ਯੂਨਾਨ ਦੇ ਚ ਇੱਕ ਦਾਰਸ਼ਨਿਕ ਹੋਇਆ ਤੇ ਇੱਕ ਲਿਬਨਾਨ ਦੇ ਚ, ਇਹਨਾਂ ਨੇ ਇੱਕੋ ਤਰ੍ਹਾਂ ਦੀ ਕਹਾਣੀ ਲਿਖੀ ਹੈ। ਇੱਕ ਨੇਤਰਹੀਣ ਇੱਕ ਪਿੰਡ ਤੋਂ ਦੂਸਰੇ ਪਿੰਡ ਰਾਤ ਨੂੰ ਜਾਣ ਲੱਗਾ, ਪੜੋਸੀ ਨੇ ਲਾਲਟੈਨ ਪਕੜਾ ਦਿੱਤੇ, ਹਨੇਰੀ ਰਾਤ ਹੈ, ਮਸਿਆ ਪਿੰਡ 2 ਮੀਲ ਦੀ ਦੂਰੀ ਤੇ, ਪਗਡੰਡੀ ਤੇ ਤੂੰ ਜਾਣਾ ਹੈ, ਇਹ ਲਾਲਟੈਨ ਲੈਣਾ। ਨੇਤਰਹੀਣ ਦਿਖਾਈ ਕੁਛ ਨਹੀਂ ਰਹਿੰਦਾ, ਤਰਕ ਕੀ ਸੀ? ਤਰਕ ਇਹ ਸੀ ਕਿ ਤੇਰੇ ਹੱਥ ਦੇ ਜਦ ਲਾਲਟੈਨ ਹੋਵੇਗੀ ਫਿਰ ਤੇਰੇ ਨਾਲ ਕੋਈ ਟਕਰਾਏਗਾ ਨਹੀਂ, ਕੋਈ ਟਕਰਾਏਗਾ। ਤੂੰ ਦਿਖਾਈ ਨਾ ਦਿੱਤਾ, ਹੋ ਸਕਦਾ ਤੇਰੇ ਨਾਲ ਕੋਈ ਟਕਰਾ ਜਾ। ਤਰਕ ਠੀਕ ਸੀ, ਵਿਚਾਰਾ ਥੋੜੀ ਦੇਰ ਚੱਲਿਆ ਤੇ ਕੋਈ ਟਕਰਾ ਗਿਆ, ਬੁਰੀ ਤਰ੍ਹਾਂ ਟਕਰਾ ਗਿਆ। ਉਹ ਕਹਿੰਦਾ ਮੇਰੇ ਹੱਥ ਦੇ ਚ ਲਾਲਟੈਨ ਸੀ ਫਿਰ ਵੀ ਤੂੰ ਮੇਰੇ ਨਾਲ ਟਕਰਾਇਆ। ਬਸ ਪਤਾ ਟਕਰਾਉਣ ਵਾਲੇ ਨੇ ਕੀ ਆਖਿਆ, ਕੋਈ ਫਕੀਰ ਸਾਈਂ ਲਾਲਟੈਨ ਤੁਹਾਡੀ ਬੁੱਝ ਗਈ ਹੈ, ਬੁੱਝੀ ਹੋਈ, ਇਸ ਕਰਕੇ ਟਕਰਾ ਗਿਆ। ਲਾਲਟੈਨ ਤੇ ਹੱਥ ਦੇ ਚ ਹੈ ਪਰ ਇਹ ਬੁੱਝ ਗਈ ਹੈ, ਨਹੀਂ ਪਤਾ ਚੱਲੇ, ਨਹੀਂ ਪਤਾ ਚੱਲੇ। ਖਲੀਲ ਜਬਰਾਨ ਨੇ, ਇਹ ਲਿਬਨਾਨ ਦੇ ਚ ਹੋਇਆ ਇੱਕ ਦਾਰਸ਼ਨਿਕ, ਉਹਨੇ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ, ਜਿਵੇਂ ਭਾਰਤ ਵਿੱਚ ਪੰਚਦਸੀ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ, ਉਹਨੇ ਇਸ ਤਰ੍ਹਾਂ ਲਿਖੀ ਹੈ ਵੀ ਲਾਲਟੈਨ ਤੇ ਤੇਰੀ ਬੁੱਝੀ ਹੋਈ ਹੈ, ਤੂੰ ਮੈਨੂੰ ਦਿਖਾਈ ਨਹੀਂ ਦਿੱਤਾ, ਟਕਰਾ ਗਿਆ। ਕਹਿੰਦਾ ਬੁੱਝ ਗਈ ਹੈ, ਹੁਣ ਬੁੱਝੀ ਹੋਈ ਲਾਲਟੈਨ ਨੂੰ ਵੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ, ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਵਿੱਚ ਚਾਨਣਾ ਚਾਹੀਦਾ, ਆਪਣੀ ਮੂਰਖਤਾ ਨੂੰ ਵੇਖਣ ਵਾਸਤੇ ਵੀ ਕੋਈ ਸਿਆਣਪ ਚਾਹੀਦੀ।
ਆਪਣੇ ਅਗਿਆਨ ਨੂੰ ਦੇਖਣ ਵਾਸਤੇ ਵੀ ਕੁਝ ਗਿਆਨ ਚਾਹੀਦਾ। ਪਹਿਲਾ ਗਿਆਨ ਤੇ ਇਹ ਮਿਲਦਾ ਹੈ, ਮੈਂ ਅਗਿਆਨੀ ਹਾਂ, ਨਾ ਸਮਝ ਆ, ਕੁਛ ਨਹੀਂ ਪਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਕੀਮਤੀ ਕੌਮੀ ਨਾਮ ਦਿੱਤਾ ਸਿੱਖ। ਮਰਦੇ ਦਮ ਤੱਕ ਤੂੰ ਸਿੱਖਣ ਨੂੰ ਤਿਆਰ ਰਵੇਂ, ਸਿੱਖਣ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ। ਜ਼ਿੰਦਗੀ ਬਹੁਤ ਥੋੜੀ ਹੈ, ਸਿੱਖਣ ਨੂੰ ਬਹੁਤ ਕੁਛ ਹੈ। ਜੀਵਨ ਬਹੁਤ ਛੋਟਾ ਹੈ, ਜਾਣਨ ਨੂੰ ਬਹੁਤ ਕੁਛ ਹੈ। ਜ਼ਿੰਦਗੀ ਦਾ ਅੰਤ ਵੀ ਹੋ ਜਾਏਗਾ ਤਾਂ ਵੀ ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ, ਬਹੁਤ ਕੁਛ ਹੈ। ਇਸ ਵਾਸਤੇ ਸਿੱਖ ਭਾਵ ਅੰਦਰ ਬਣਾਈ ਰੱਖੇ, ਮੈਂ ਸਿੱਖ, ਮੈਂ ਸਿੱਖ, ਮੈਂ ਸਿੱਖਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ। ਜਾਣ ਜਾਣ ਕੇ ਜਿਤਨਾ ਵੀ ਜਾਣੇਗਾ ਉਹ ਵੀ ਇੰਝ ਹੋਵੇਗਾ ਜਿਵੇਂ ਸਾਗਰ ਦੇ ਵਿੱਚ ਚਮਚ ਪਾਣੀ ਦੀ ਮਿਲੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਇੱਕ ਪਹਿਲੂ ਤੁਹਾਡੇ ਸਾਹਮਣੇ ਹੁਣ ਮੈਂ ਰੱਖਿਆ। ਅਰਜ਼ ਕਰਾਂ, ਕੁਝ ਸੁਣ ਕੇ ਬੜੀ ਚੋਟ ਲੱਗੀ ਹੈ, ਸਿਮਰਤੀ ਦਾ ਅੰਗ ਬਣ ਜਾਂਦੀ ਹੈ। ਕੁਝ ਸੁਣ ਕੇ ਬੜਾ ਰਸ ਮਿਲਿਆ ਹੈ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਪੈ ਰਹਿ ਜਾਂਦਾ। ਕੁਝ ਦੇਖ ਕੇ ਬੜਾ ਰਸ ਮਿਲਿਆ, ਸਕੂਨ ਮਿਲਿਆ, ਖੁਸ਼ੀ ਹੋਈ, ਉਹਦੀ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਉਹ ਛਾਪ ਬਣ ਜਾਂਦੀ ਹੈ। ਕੁਝ ਵੇਖ ਕੇ ਸਹਿਮ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਚੋਟ ਪੈਦਾ ਹੋ ਗਈ, ਜਿਵੇਂ ਅਸੀਂ ਉਸ ਰਸਤੇ ਤੇ ਜਾ ਰਹੇ ਸੀ ਘੁੰਮਣ ਨੂੰ। ਹੁਣ ਅੱਗੇ ਇੰਨੇ ਸਾਰੇ ਸਤ ਗਿਆਨੀ ਕਲਿਆਣ ਸਿੰਘ ਜੀ ਵੀ ਰੁਕ ਗਏ, ਮੈਂ ਵੀ ਰੁਕ ਗਿਆ, ਮੈਂ ਹੁਣ ਜਾਈਏ ਕਿਸ ਤਰ੍ਹਾਂ? ਇਹਨਾਂ ਦੇ ਕੁਝ ਭਿਅੰਕਰ ਨਾਗ ਵੀ ਸਨ, ਕੋਬਰੇ, ਬਹੁਤ ਸਾਰੇ ਚਿੱਟੇ ਸਨ, ਕੁਝ ਕਾਲੇ, ਔਰ ਰਸਤੇ ਚ ਇਹ ਵੀ ਉਦੋਂ 20 ਸਾਲ ਪਹਿਲੇ ਚੰਗੇ ਵਾਲੇ ਸਨ ਸਰੀਰ ਕਰਕੇ, ਇਹ ਵੀ ਰੁਕ ਗਏ। ਮੈਂ ਆਪੇ ਦੋ ਹੀ ਹੈਗੇ ਸੀ, ਘੁੰਮਣ ਨੂੰ ਚੱਲੇ ਜੰਗਲ ਦੇ ਵਿੱਚ, ਸ਼ਹਿਰ ਤੋਂ ਥੋੜੀ ਜਿਹੀਆਂ ਬਾਹਰ ਜੋ ਹੈ ਇਸ ਤਰ੍ਹਾਂ ਦਾ ਜੰਗਲ ਭਰਿਆ ਸਿਲਸਿਲਾ ਦੇਖਿਆ। ਗਿਆਨੀ ਜੀ ਵੀ ਕਹਿਣ ਲੱਗੇ ਹੁਣ ਹੋਰ ਤੇ ਕੋਈ ਰਸਤਾ ਨਹੀਂ, ਇਧਰ ਵੀ ਕੰਡੇ ਨੇ, ਝਾੜੀਆਂ ਨੇ, ਪਗਡੰਡੀ ਦੇਖੇ, ਗੋਏ ਬੈਠੇ ਨੇ ਮਹਾਂਪੁਰਖ, ਹੁਣ ਕੀ ਕਰੀਏ, ਕਿਵੇਂ ਜਾਈਏ? ਦੂਰ ਤੱਕ ਇਹਨਾਂ ਨੇ ਮੂੰਹ ਮੋੜ ਲਿਆ। ਮੈਂ ਕਿਹਾ ਠੀਕ ਹੈ ਚਲ, ਕੁਦਰਤ ਨੂੰ ਅੱਜ ਨਹੀਂ ਮਨਜ਼ੂਰ ਜੇ ਅਸੀਂ ਦੂਰ ਤੱਕ ਜਾਈਏ, ਪਰ ਛਾਪ ਤੇ ਅਜੇ ਤੱਕ ਬਣੀ ਹੋਈ ਹੈ, ਯਾਦ ਆ ਜਾਂਦਾ ਵੀ ਇੰਨੇ ਸਾਰੇ ਸਭ ਇਕੱਠੇ ਨੇ, ਇਕੱਠੇ ਨੇ ਦਮਤਰੀ ਦੇ ਵਿੱਚ। ਵੇਖਿਆ ਕੁਛ, ਵੇਖ ਕੇ ਸਹਿਮ ਪੈਦਾ ਹੋ ਗਿਆ, ਆਸ਼ਚਰਜਤਾ ਪੈਦਾ ਹੋ ਗਈ, ਜਾਂ ਭੈ ਪੈਦਾ ਹੋ ਗਿਆ, ਤਾਂ ਸਿਮਰਤੀ ਦਾ ਹਿੱਸਾ ਪੈਦਾ ਬਣ ਜਾਂਦਾ, ਯਾਦ ਆ ਜਾਂਦਾ। ਵੇਖਿਆ, ਵੇਖ ਕੇ ਰਸ ਮਿਲਿਆ, ਖੁਸ਼ੀ ਮਿਲੀ ਹੈ, ਸਿਮਰਤੀ ਦਾ ਉਹ ਹਿੱਸਾ ਬਣ ਜਾਂਦਾ। ਇਸ ਤਰ੍ਹਾਂ ਸਾਡੇ ਅੰਦਰ ਬਹੁਤ ਸਾਰੀਆਂ ਸਿਮਰਤੀਆਂ, ਬਹੁਤ ਸਾਰੀਆਂ ਯਾਦਾਂ, ਅਨੰਤ ਜਨਮਾਂ ਦੀਆਂ ਪਈਆਂ ਨੇ। ਜੈਸੇ ਕਿ ਨੰਦ ਲਾਲ ਕਹਿ ਰਹੇ, ਨਾ ਬੋਧ ਹੇਜ ਨਿਸ਼ਾਨ ਹਾਂ ਸੇ ਜ਼ਮੀਨ ਆਸਮਾਂ ਕਿ ਸ਼ੌਕੇ ਯਾਦੇ ਤੋ ਆਵੁਰਦ ਦਰ ਵਜੂਦ ਮਰਾ। ਤੇਰੀ ਮਿਲਣ ਦਾ ਸ਼ੌਕ ਯਾਦ, ਇਹ ਜੋ ਸ਼ੌਕ ਹੈ ਮੇਰੀ ਯਾਦ ਦਾ ਹਿੱਸਾ ਬਣੀ ਹੋਈ। ਮੈਂ ਫਿਰ ਅਰਜ਼ ਕਰਾਂ, ਤਰਕ ਖੜੀ ਹੋਵੇਗੀ
ਅਗਰ ਕਿਸੇ ਹੋਰ ਹੋਰ ਜਨਮ ਦੇ ਸਨ ਤਾਂ ਕਿਸ ਤਰ੍ਹਾਂ ਯਾਦ। ਹਰ ਜੀਵ ਨੂੰ ਸੁੱਖ ਚਾਹੀਦਾ, ਹਰ ਜੀਵ ਨੂੰ ਜੀਵਨ ਚਾਹੀਦਾ। ਮੌਤ ਤੋਂ ਪਸ਼ੂ ਵੀ ਬਚਦੇ ਨੇ ਔਰ ਦੁੱਖ ਤੋਂ ਪਸ਼ੂ ਵੀ ਬਚਦੇ ਨੇ। ਦੁੱਖ ਉਹਨਾਂ ਨੂੰ ਵੀ ਨਹੀਂ ਚਾਹੀਦਾ, ਜੀਵਨ ਉਹਨਾਂ ਨੂੰ ਵੀ ਚਾਹੀਦਾ, ਸੁੱਖ ਉਹਨਾਂ ਨੂੰ ਵੀ ਚਾਹੀਦਾ। ਜੀਵਨ ਦੀ ਯਾਦ ਹੀ ਪਰਮਾਤਮਾ ਦੀ ਯਾਦ ਹੈ, ਕਿਉਂਕਿ ਉਹ ਪਰਮ ਜੀਵਨ ਹੈ। ਸੁੱਖ ਦੀ ਯਾਦ ਹੀ ਪਰਮਾਤਮਾ ਦੀ ਯਾਦ ਹੈ, ਕਿਉਂਕਿ ਉਹ ਪਰਮ ਸੁੱਖ ਹੈ, ਪਰਮ ਆਨੰਦ ਹੈ। ਇਹ ਸਭ ਕੁਝ ਸਿਮਰਤੀ ਦਾ ਹਿੱਸਾ ਬਣ ਜਾਂਦਾ, ਹਿੱਸਾ ਬਣ ਜਾਂਦਾ। ਹੁਣ ਇੱਕ ਦੂਜਾ ਚੈਪਟਰ, ਇੱਕ ਦੂਜਾ ਵਰਕਾ ਮੈਂ ਖੋਲਾਂ ਤੁਹਾਡੇ ਸਾਹਮਣੇ। ਭਾਰਤ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਣੀਆਂ ਨੇ ਔਰ ਹੋਰ ਮੁਲਕਾਂ ਵਿੱਚ ਵੀ, ਕਿ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ ਹੈ ਔਰ ਹੈਰਾਨਗੀ ਹੈ। ਡਾਕਟਰ ਸਤਵੰਤ ਕੌਰ ਬੈਂਗਲੌਰ ਵਿੱਚ, ਉਹਨਾਂ ਨੇ ਇਸ ਦੇ ਉੱਤੇ ਬਹੁਤ ਵੱਡੀ ਕਿਤਾਬ ਲਿਖੀ ਹੈ, ਬੜੀ ਮਹਿੰਗੀ ਕਿਤਾਬ। ਉਹਦੀ ਕੀਮਤ ਮੈਂ 2200 ਲਿਖੀ ਦੇਖੀ, 2200 ਰੁਪਿਆ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ ਚ। ਇੱਕ ਸੰਸਥਾ ਬਣੀ ਹੋਈ ਹੈ, ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਨੇ, ਕਿ ਕੁਛ ਦੱਸਣ ਲੱਗ ਪੈਂਦੇ ਨੇ ਪਿਛੋਕ ਜੋ ਉਹਨਾਂ ਨਾਲ ਹੋਇਆ। ਡਾਕਟਰਾਂ ਨੇ ਸਰਟੀਫਿਕੇਟ ਦੇ ਦਿੱਤਾ, ਮਰ ਗਏ ਖਤਮ, ਲੇਕਿਨ ਫਿਰ ਜੀ ਉੱਠੇ। ਇਸ ਤਰ੍ਹਾਂ ਦੀ ਘਟਨਾ ਇੱਕ ਹਲਦਵਾਨੀ ਚ ਵੀ ਮੈਂ ਦੇਖੀ ਸੀ। ਬਾਬਾ ਬਿਸ਼ਨ ਸਿੰਘ ਡਰਾਈਵਰ ਸਨ, ਕੰਮ ਕਾਰ ਛੱਡ ਬੈਠੇ ਸਨ, ਗੁਜ਼ਰ ਗਏ। ਲੇਕਿਨ ਸ਼ਾਮ ਨੂੰ ਜਿਉਂ ਅਰਥੀ ਕੱਢਣ ਲੱਗੇ ਤੇ ਹਿੱਲ ਪਏ। ਇਹ ਤੁਹਾਨੂੰ ਉੱਥੋਂ ਦੀ ਘਟਨਾ ਮੈਂ ਦੱਸਦਾ, ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਨੇ। ਜਦ ਹਿੱਲੇ ਤੇ ਨਾਲ ਦੇ ਸਾਰੇ ਦੰਗ ਰਹਿ ਗਏ, ਇੱਥੇ ਅਰਥੀ ਚੁੱਕਣ ਲੱਗੇ ਤੇ ਹਿੱਲਣ ਲੱਗ ਪਏ, ਦਮ ਵੀ ਚੱਲਣ ਲੱਗ ਪਿਆ। ਖੋਲਿਆ ਕਫਨ, ਜ਼ਿੰਦਾ, ਅੱਖਾਂ ਖੁੱਲ ਗਈਆਂ, ਬੈਠ ਗਏ। ਜ਼ਿੰਦਗੀ ਉਹਨਾਂ ਦੀ ਬਦਲ ਗਈ, ਬਿਲਕੁਲ ਫਕੀਰ ਬਣ ਗਏ। 24 ਘੰਟਿਆਂ ਚ 8-8, 9-9 ਘੰਟੇ ਗੁਰਦੁਆਰੇ ਹੀ ਬੈਠੇ ਰਹਿੰਦੇ ਸੀ। ਮੈਨੂੰ ਕਹਿਣ ਲੱਗੇ, ਮਸਕਿਨ ਜੀ, ਬੜਾ ਕੁਛ ਦੇਖ ਲਿਆ ਮੈਂ ਥੋੜੇ ਜਿਹੇ 5-7 ਘੰਟਿਆਂ ਚ। ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ, ਉੱਥੋਂ 4 ਮੀਲ ਦੀ ਦੂਰੀ ਤੇ ਇੱਕ ਦੂਜਾ ਹੀ ਇਸੇ ਹੀ ਨਾਂ ਦਾ, ਉਹਦੀ ਡੈਥ ਹੋ ਗਈ। ਉਹ ਅਚਨਚੇਤ ਖੜੇ ਖੜੇ, ਮੈਂ ਕਿਹਾ ਪ੍ਰਕਿਰਤੀ ਚ ਇਸ ਤਰ੍ਹਾਂ ਵੀ ਹੋ ਜਾਂਦਾ, ਐਸਾ ਵੀ ਹੋ ਜਾਂਦਾ। ਐਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਦੇ ਸਭ ਕੁਝ ਇਹੀ ਲਿਖਿਆ, ਉਹਨਾਂ ਨੇ ਸੰਗ੍ਰਹਿ ਕੀਤਾ। ਇਸ ਸੰਸਥਾ ਨੂੰ ਏਡ ਅਮੈਰੀਕਾ ਤੋਂ ਮਿਲਦੀ ਹੈ। ਉੱਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਚ ਕਿਤਨੀ ਕੁ ਸੱਚਾਈ ਹੈ ਔਰ ਇਹ ਕੀ ਹੈ, ਇਹ ਵਾਸਤਵਿਕ ਕੀ ਹੈ। ਗਾਲਵਨ 15-16 ਸਾਲ ਬਹੁਤ ਵੱਡੀ ਘਟਨਾ ਘਟੀ ਕਾਨਪੁਰ ਵਿੱਚ, ਪਰ ਇਹ ਚੂੰਕਿ ਪੇਪਰਾਂ ਚ ਆ ਗਈ ਲਗਾਤਾਰ। ਕਿਸੇ ਡਾਕਟਰ ਨੇ ਲਖਨਊ ਵਿੱਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ। ਇੱਕ
ਘਟਨਾ ਬਕਸੇ ਚ ਬੰਦ ਕਰਕੇ ਗੰਗਾ ਸੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਹੀਂ। ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ, ਨਹੀਂ ਜਮਨਾ ਵਿੱਚ ਗਹਿਰੇ ਪਾਣੀ ਚ ਗਿਆ। ਗੰਗਾ ਵਿੱਚ ਟ੍ਰੇਨ ਉੱਪਰੋਂ ਲੰਘੀ, ਹਰ ਚੰਗਾ ਰੌਲਾ ਰੱਪਾ ਪਿਆ। ਮੁਜਰਿਮ ਨਿਰਦੋਸ਼, ਕੋਈ ਸਬੂਤ ਨਹੀਂ, ਕੁਛ ਨਹੀਂ। ਕੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ, ਨਾਲ ਕਾਨਪੁਰ ਦੇ ਇੱਕ ਪਿੰਡ ਚ ਉਸਦਾ ਜਨਮ ਹੋਇਆ, ਜੋ ਅਖਬਾਰਾਂ ਚ ਬੜਾ ਰੌਲਾ ਪਿਆ। ਮੈਂ ਡਾਕਟਰ ਦੀ ਪਤਨੀ ਹਾਂ, ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ, ਉੱਥੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ, ਇਤਨਾ ਗਹਿਣਾ ਪਿਆ। ਇਹ ਜਿਹੜੇ ਵੱਡੇ ਵੱਡੇ ਅਖਬਾਰ ਫਰੰਟ ਪੇਜ ਦੇ ਉੱਤੇ ਖਬਰ, ਉਸ ਪਿੰਡ ਦੇ ਚ ਬੜਾ ਰਸ਼। ਜਿਹੜੀਆਂ ਉਸਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ, ਬਿਲਕੁਲ ਸਹੀ, ਬਿਲਕੁਲ ਸਹੀ। ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਕਿ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ, ਯਾਦ ਪਿਛਲੇ ਜਨਮ ਤੱਕ ਵੀ ਚਲੀ ਗਈ, ਪਰ ਕਮ ਸੇ ਕਮ ਉਹ 6 ਮਹੀਨੇ ਦੱਸਦੀ ਰਹੀ। ਉਸ ਤੋਂ ਬਾਅਦ ਬੋਲ ਕਾਨੂੰਨ ਵਿੱਚ ਐਸੀ ਕੋਈ ਜ਼ਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ। ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ, ਕਾਨੂੰਨ ਨਹੀਂ। ਕਮ ਸੇ ਕਮ 105 ਬੱਚੇ ਤੇ ਬੱਚੀਆਂ ਜਿਨ੍ਹਾਂ ਨੇ ਆਪਣਾ ਪਿਛੋਕੜ ਦੱਸਿਆ, ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ। ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੀ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ, ਅਨਹੋਣੀ, ਉਹਦੇ ਚ ਦਿਖਾਉਂਦੇ ਰਹੇ। ਉਸ ਕਿਤਾਬ ਵਿੱਚ ਜੋ ਕੁਛ ਲਿਖਿਆ ਹੋਇਆ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਰਹੇ। ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉੱਠੇ ਫਿਰ ਤੇ ਫਿਰ ਦੱਸਦੇ ਨੇ ਕੀ ਕੁਝ ਹੋਇਆ। ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ। ਖੁਸ਼ਕਿਸਮਤ ਹੀ ਹੈ, ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ, ਡਾਕਟਰ ਸਤਵੰਦ ਕੌਰ ਬੈਂਗਲੌਰ ਵਿੱਚ। ਉਹਨੇ ਮੈਨੂੰ ਇਹ ਕਿਤਾਬ ਸੰਗਤ ਵਿੱਚ ਭੇਟ ਕੀਤੀ, ਕਹਿੰਦੇ ਕਿ ਗਿਆਨੀ ਜੀ ਇਹ ਤੇ ਬਹੁਤ ਵੱਡਾ ਵਿਗਿਆਨ, ਇਸ ਦੇ ਰੱਬ ਦੀ ਬਹੁਤ ਵੱਡੀ ਲੀਲਾ ਹੈ, ਸਿਮਰਤੀ ਦਾ ਕੋਈ ਆਭਾਸ ਅੰਦਾਜ਼ਾ ਨਹੀਂ ਲਾ ਸਕਦਾ। ਮਨੁੱਖ ਦੀ ਜਿਹੜੀ ਸਿਮਰਤੀ ਹੈ, ਅਸੀਂ ਮੰਨਦੇ ਹਾਂ ਅਨੰਤ ਅਨੰਤ ਹੈ, ਅਨੰਤ ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ। ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣ। ਸਿਮਰਤੀ ਦੇ ਵਿੱਚ ਦੁੱਖ ਵੀ ਪਿਆ, ਸੁੱਖ ਵੀ ਪਿਆ। ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ, ਪਰਿਵਾਰ ਦੇ ਵਿਛੋੜੇ ਦੀਆਂ ਯਾਦਾਂ। ਉਸ ਸਿਮਰਤੀ ਦੇ ਵਿੱਚ ਧਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧਨ ਦੇ ਜਾਣ ਦੀਆਂ ਯਾਦਾਂ, ਦੁੱਖ ਸੁੱਖ ਦੀਆਂ ਯਾਦਾਂ। ਮਿਲੀ ਸੀ ਪ੍ਰਭਤਾ, ਬੜਾ ਸੁੱਖ ਮਿਲਿਆ, ਉਹ ਅੰਦਰ ਸਿਮਰਤੀ ਦਾ ਅੰਗ ਬਣ ਗਈ। ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ, ਸਿਮਰਤੀ ਦਾ ਹਿੱਸਾ ਬਣ ਗਈ। ਇਹ ਸਾਰੀਆਂ ਯਾਦਾਂ ਹਨ, ਪਰ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਪਰਮਾਤਮਾ ਦੀ ਕੋਈ ਯਾਦ ਨਹੀਂ। ਇਹ ਜੋ ਸਿਮਰਤੀਆਂ ਲੱਭੀਆਂ,
ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ, ਦੁੱਖਾਂ ਦੀ ਯਾਦ ਹੈ, ਸੁੱਖਾਂ ਦੀ ਯਾਦ ਹੈ, ਪਰਮਾਤਮਾ ਦੀ ਯਾਦ ਕੋਈ ਨਹੀਂ। ਹਜ਼ਾਰਾਂ ਮਨੁੱਖਾਂ ਦਾ ਅਧਿਐਨ ਕਰਨ ਤੇ ਇਸ ਨਤੀਜੇ ਤੇ ਪਹੁੰਚਿਆ, ਸਿਮਰਤੀ ਦੇ ਸਿਰਫ ਦੁੱਖ ਹੁੰਦਾ ਹੈ, ਸੁੱਖ ਹੁੰਦਾ ਹੈ, ਪਰਮਾਤਮਾ ਨਹੀਂ। ਸੰਸਾਰ ਤੋਂ ਕੋਈ ਚੋਟ ਪਹੁੰਚੀਏ, ਸਿਮਰਤੀ ਦਾ ਹਿੱਸਾ ਬਣ ਜਾ। ਕੁਛ ਮਿਲਿਆ ਤੇ ਬੜਾ ਸੁੱਖ ਮਿਲਿਆ, ਸਿਮਰਤੀ ਦਾ ਹਿੱਸਾ ਬਣ ਜਾ। ਸੁੱਖ ਆਪਣੀ ਛਾਪ ਛੋੜ ਜਾਂਦਾ ਹੈ, ਦੁੱਖ ਆਪਣੀ ਛਾਪ ਛੋੜ ਜਾਂਦਾ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ, ਚੇਤੇ ਸ਼ਕਤੀ ਦਾ ਹਿੱਸਾ ਬਣ ਜਾਂਦੀ ਹੈ। ਹੁਣ ਮੈਂ ਅਰਜ਼ ਕਰਾਂ, ਵੇਖਣ ਸ਼ਕਤੀ, ਸੁਣਨ ਸ਼ਕਤੀ, ਬੋਲਣ ਸ਼ਕਤੀ, ਸਪਰਸ਼ ਤੇ ਸੁੰਘਣ ਸ਼ਕਤੀ ਦੇ ਨਾਲ ਨਾਲ ਮਹਾਨ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਚੇਤੇ ਸ਼ਕਤੀ। ਹੁਣ ਮੈਂ ਦੂਸਰਾ ਸਫ਼ਾ ਤੁਹਾਡੇ ਸਾਹਮਣੇ ਰੱਖਣ ਲੱਗਾ। ਮਾਂ ਤੇ ਨਹੀਂ ਰਹੀ, ਮਾਂ ਯਾਦ ਆ ਰਹੀ ਹੈ, ਪਰਮਾਤਮਾ ਹੈ ਯਾਦ ਨਹੀਂ ਆ ਰਿਹਾ। ਪਿਤਾ ਤੇ ਨਹੀਂ ਰਿਹਾ, ਯਾਦ ਆ ਰਿਹਾ, ਪਰਮਾਤਮਾ ਹੈ ਯਾਦ ਨਹੀਂ ਆ। ਦਾਦੀ ਤੇ ਨਹੀਂ ਰਹੀ, ਯਾਦ ਆ ਰਹੀ ਹੈ, ਦਾਦਾ ਤੇ ਨਹੀਂ ਰਿਹਾ, ਯਾਦ ਆ ਰਿਹਾ। ਜੈਸੇ ਸਿਮਰਤੀ ਪਿੱਛੇ ਚਲੀ ਜਾਏ, ਹੁਣ ਦਾਸ ਪਿੱਛੋ ਜਿਸ ਇਲਾਕੇ ਚੋਂ ਆਇਆ, ਪਾਕਿਸਤਾਨ ਫਰੰਟੀਅਰ ਦਾ ਇਲਾਕਾ, ਉਹ ਘਰ ਅਜੇ ਵੀ ਯਾਦ ਆਉਂਦਾ। ਨਨਕਾਣਾ ਸਾਹਿਬ ਜਬ ਗਏ, ਦਿੱਲੀ ਦੇ ਇੱਕ ਬਿਰਧ ਮਾਤਾ ਕਹਿਣ ਲੱਗੇ, ਮੈਨੂੰ ਇੱਥੇ ਗੁਜਰਾਂ ਵਾਲਾ ਯਾਦ ਆ ਰਿਹਾ, ਜਾਣਾ ਹੈ। ਉਹਨਾਂ ਦਿਨਾਂ ਚ ਬੰਦਿਸ਼ ਬੜੀ ਸੀ, ਜਿੱਥੋਂ ਦਾ ਵੀਜ਼ਾ ਮਿਲਿਆ, ਵੀਜ਼ਾ ਸਿਰਫ ਨਨਕਾਣੇ ਸਾਹਿਬ ਦਾ, ਉਹਨਾਂ ਦਿਨਾਂ ਚ ਹਾਲਾਤ ਠੀਕ ਨਹੀਂ ਸਨ, ਗੁਜਰਾਂ ਵਾਲਾ ਜਾਣਾ ਔਖਾ। ਭਾਵੇਂ ਮੈਂ ਕਿਹਾ, ਮੈਂ ਕਿ ਮਾਤਾ ਆਈ ਤੂੰ ਨਨਕਾਣਾ ਸਾਹਿਬ ਹੈ, ਯਾਦ ਆਉਣਾ ਚਾਹੀਦਾ ਗੁਰੂ ਨਾਨਕ, ਪਰ ਗੁਜਰਾਂ ਵਾਲਾ ਯਾਦ ਆ ਰਿਹਾ। ਕਹਿੰਦੇ ਕੀ ਕਰੀਏ, ਉਹਨਾਂ ਗੱਡੀਆਂ ਚ ਖੇਡੇ ਸੀ, ਜੰਮੇ ਸੀ, ਪੱਲੇ ਸੀ, ਘਰ ਯਾਦ ਆ, ਗਲੀ ਯਾਦ ਆਉਂਦੀ ਹੈ, ਕੋਈ ਸਾਧਨ ਬਣ ਜਾਏ ਤੇ ਮੈਂ ਗੁਜਰਾਂ ਵਾਲਾ ਹੋ ਕੇ ਆ। ਸਿਮਰਤੀ ਦੇ ਵਿੱਚ ਬਹੁਤ ਕੁਛ ਪਿਆ, ਬਹੁਤ ਕੁਛ ਪਿਆ, ਗੁਜ਼ਰਿਆ ਹੋਇਆ ਸੁੱਖ ਯਾਦ ਆਵੇਗਾ, ਗੁਜ਼ਰਿਆ ਹੋਇਆ ਦੁੱਖ ਯਾਦ ਆਵੇਗਾ, ਪਰਮਾਤਮਾ ਯਾਦ ਨਹੀਂ ਆਉਂਦਾ। ਮਕਾਨ ਤੇ ਉਹ ਨਹੀਂ ਰਿਹਾ, ਯਾਦ ਆ ਰਿਹਾ, ਭਗਵਾਨ ਹਰ ਵਕਤ ਮੌਜੂਦ, ਹਰ ਵਕਤ ਮੌਜੂਦ, ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਦਾਦਾ ਤੇ ਨਹੀਂ ਰਿਹਾ, ਯਾਦ ਆ ਰਿਹਾ, ਪਰਮਾਤਮਾ ਹੈ, ਹਰ ਵਕਤ ਹੈ, ਸਦ ਜੀਵਨ ਹੈ, ਯਾਦ ਨਹੀਂ ਆ ਰਿਹਾ। ਉਹ ਸਿਮਰਤੀ ਦਾ ਹਿੱਸਾ ਨਹੀਂ ਬਣਦਾ, ਨਹੀਂ ਬਣਦਾ। ਇਸ ਨੂੰ ਬੜੀ ਗਹਿਰਾਈ ਨਾਲ ਲੈਣਾ। ਦਾਦੀ ਤੇ ਨਹੀਂ ਰਹੀ, ਉਹ ਮਕਾਨ ਵੀ ਨਹੀਂ ਰਿਹਾ। ਜੈਸੇ ਕੋਈ ਰੁਤਬਾ ਸੀ, ਉਹ ਤੇ ਯਾਦ ਆ ਰਿਹਾ, ਅੱਜ ਉਹ ਰੁਤਬਾ ਨਹੀਂ। ਲੋਕੀ ਲਿਖ ਦੇਣਗੇ XML, XMP, ਭੂਤਪੂਰਵ ਮੰਤਰੀ, ਅੱਜ ਤੇ ਨਹੀਂ ਹੈ, ਹੈਗਾ ਸੀ ਕਿਸੇ ਵਕਤ, ਯਾਦ ਆਉਂਦਾ, ਯਾਦ ਆਉਂਦਾ। ਹੁਣ ਤੇ ਮੰਤਰੀ ਨਹੀਂ, ਪਰ ਮੰਤਰੀ ਹੋਣਾ ਯਾਦ ਆਉਂਦਾ ਹੈ, ਪਰਮਾਤਮਾ ਹੈ ਯਾਦ ਨਹੀਂ ਆਉਂਦਾ। ਹੁਣ ਤੇ MP ਨਹੀਂ ਹੈ, ਹੁਣ ਤੇ MLA ਨਹੀਂ ਹੈ,
ਪਰ ਯਾਦ ਆਉਂਦਾ, ਉਹਦੀ ਛਾਪ ਬਣੀ ਆਉਂਦੀ ਹੈ। ਔਰ ਹਰ ਵਕਤ ਯਾਦ ਆਉਂਦਾ, ਆਪਣੇ ਲੈਟਰ ਹੈਡ ਤੇ ਵੀ ਐਕਸ ਲਿਖਿਆ ਹੈ, ਐਕਸ ਐਮ ਐਲ ਹੈ, ਐਕਸ ਐਮ ਪੀ, ਯਾਦ ਆਉਂਦਾ ਪਰਮਾਤਮਾ ਹੈ, ਨਹੀਂ ਯਾਦ ਆਉਂਦਾ। ਸੰਸਾਰ ਦੀ ਛਾਪ ਸਿਮਰਤੀ ਤੇ ਬੜੀ ਗਹਿਰੀ ਹੈ, ਨਿਰੰਕਾਰ ਦੀ ਛਾਪ ਹੈ ਹੀ ਕੋਈ ਨਹੀਂ, ਹੈ ਹੀ ਕੋਈ ਹੈ ਕੋਈ। ਹੁਣ ਮੈਂ ਅਰਜ਼ ਕਰਾਂ, ਜਿਨ੍ਹਾਂ ਜਿਨ੍ਹਾਂ ਦੀਆਂ ਸਿਮਰਤੀਆਂ ਅੰਦਰ ਪਈਆਂ ਨੇ, ਉਹ ਹੈ ਨੀ ਕੋਈ ਨਹੀਂ, ਕੁਛ ਵੀ ਨਹੀਂ। ਮਿਲਿਆ ਸੀ ਦੁੱਖ, ਉਹ ਦੁੱਖ ਹੁਣ ਨਹੀਂ ਹੈ, ਪਰ ਸਿਮਰਤੀ ਉਹਦੀ ਪਈ ਹੈ। ਮਿਲਿਆ ਸੀ ਸੁੱਖ, ਭਾਵੇਂ ਉਹ ਸੁੱਖ ਹੁਣ ਨਹੀਂ ਹੈ, ਪਰ ਉਹਦੀ ਸਿਮਰਤੀ ਅੰਦਰ ਪਈ ਹੈ। ਹੈ ਪਰਮਾਤਮਾ ਹਰ ਵਕਤ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੇ ਵੀ ਸੱਚ, ਹਰ ਵਕਤ ਹੈ, ਅਨਾਦੀ ਹੈ, ਇਹਦੀ ਸਿਮਰਤੀ ਨਹੀਂ। ਅਗਰ ਇਹ ਇੱਕ ਦਫਾ ਸਿਮਰਤੀ ਦਾ ਹਿੱਸਾ ਬਣ ਜਾਏ, ਫਿਰ ਕਦੀ ਭੁੱਲੇਗਾ ਹੀ ਨਹੀਂ, ਭੁੱਲੇ, ਹਰ ਵਕਤ ਸਿਮਰਤੀ ਦਾ ਅੰਗ ਬਣ ਜਾਏ। ਜੈਸੇ ਕਬੀਰ ਕਹਿੰਦੇ ਨੇ, ਬਿਸਰਤ ਨਾ ਹੀ ਮਨ ਤੇ ਆਏ, ਕਿਧਰੇ ਇੱਕ ਦਫਾ ਯਾਦ ਆ ਜਾਏ। ਗੁਸਤਾਖੀ ਮਾਫ ਹੱਥ ਜੋੜ ਕੇ ਬਾਰ ਬਾਰ ਮੈਂ ਮਾਫ਼ੀ ਮੰਗਾਂ, ਇਹਦਾ ਮਤਲਬ ਇੱਕ ਦਫਾ ਵੀ ਯਾਦ ਨਹੀਂ ਆਇਆ। ਹਜ਼ਾਰ ਦਫਾ ਪਾਠ ਜ਼ਰੂਰ ਕੀਤਾ ਹੋਏਗਾ, ਯਾਦ ਉਹ ਨਹੀਂ ਆਇਆ। ਹਜ਼ਾਰ ਦਫਾ ਕੀਰਤਨ ਜ਼ਰੂਰ ਸੁਣਿਆ ਹੋਵੇਗਾ, ਯਾਦ ਉਹ ਨਹੀਂ ਆਇਆ। ਅਗਰ ਯਾਦ ਆ ਜਾਏ ਤਾਂ ਬੋਲਦਾ ਹੀ ਨਹੀਂ ਬੋਲਦਾ। ਬਿਸਰਤ ਨਾਹੀਂ ਮਨ ਤੇ ਰਹੇ, ਭੁੱਲਦਾ ਹੀ ਨਹੀਂ। ਕਿਉਂ? ਉਹਦੀ ਯਾਦ ਇਤਨਾ ਆਨੰਦ ਬਣਾ ਦਿੰਦੀ, ਉਹ ਤੇ ਹੈ ਯਾਦ ਕੀਤਾ ਹੋਇਆ, ਭੁੱਲ ਗਿਆ ਔਰ ਸਿਮਰਤੀ ਦਾ ਹਿੱਸਾ ਅੰਦਰ ਬਣ ਗਿਆ, ਸਟਾਕ ਚਲੀ ਗਈ ਹੈ, ਸਿਮਰਤੀ ਗੋਡਾਊਨ ਦੇ ਚਲੀ ਗਈ, ਸਟੋਰ ਦੇ ਚਲੀ ਗਈ ਹੈ, ਸਟੋਰ ਕਰ ਦਿੱਤਾ ਉਸਨੂੰ। ਪਰਮਾਤਮਾ ਦੀ ਸਿਮਰਤੀ ਸਦਾ ਬਣੀ ਰਹਿੰਦੀ ਹੈ। ਕਿਉਂ? ਉਹ ਸਦਾ ਹੈ, ਸਦਾ ਹੈ, ਸਿਮਰਤੀ ਨਾਲ ਪਤਾ ਚੱਲ ਜਾਂਦਾ। ਤੋ ਸਦਾ ਹੈ, ਭੁੱਲਦਾ ਕਿਉਂ ਨਹੀਂ? ਉਹਦਾ ਸਿਮਰਨ ਮਹਾ ਆਨੰਦ, ਤੁਧ ਚਿਤ ਆਏ ਮਹਾ ਆਨੰਦਾ। ਤੇ ਹੁਣ ਮਹਾ ਆਨੰਦ ਨੂੰ ਕੌਣ ਭੁਲਾਏ, ਮਹਾਰਸ ਨੂੰ ਕੌਣ ਭੁਲਾਏ? ਬੁੱਲ ਉਹ ਸਕਦਾ ਜੋ ਹੈ ਤੇ ਨਹੀਂ ਹੋ ਗਿਆ, ਹੈਗੀ ਸੀ ਦਾਦੀ ਅੱਜ ਨਹੀਂ ਹੈ, ਹੈਗਾ ਸੀ ਦਾਦਾ ਅੱਜ ਨਹੀਂ ਹੈ, ਹੈਗਾ ਸੀ ਪਿਤਾ ਅੱਜ ਨਹੀਂ ਹੈ, ਹੈਗਾ ਸੀ ਰੁਤਬਾ ਅੱਜ ਨਹੀਂ ਹੈ, ਹੈਗੀ ਸੀ ਪ੍ਰਭਤਾ ਅੱਜ ਨਹੀਂ ਹੈ। ਯਾਦ ਆਉਂ, ਪਰਮਾਤਮਾ ਹੈ ਸੋ ਹੈ, ਹੈ ਸੋ ਹੈ। ਇੱਕ ਦਫਾ ਯਾਦ ਆ ਜਾਏ, ਇੱਕ ਛਿਨ ਯਾਦ ਆ ਜਾਏ, ਨਹੀਂ ਭੁੱਲੇਗਾ, ਕਤਈ ਨਹੀਂ ਭੁੱਲੇਗਾ। ਇਹ ਪਹਿਚਾਨ ਕਤਈ ਨਹੀਂ ਭੁੱਲੇਗਾ। ਕਿਉਂ? ਉਹਦਾ ਜਿਤਨਾ ਸਿਮਰਨ ਚਲੇਗਾ, ਯਾਦ ਚਲੇਗੀ, ਉਤਨਾ ਹੀ ਰਸ ਵੱਧਦਾ ਜਾਏਗਾ, ਉਤਨਾ ਹੀ ਆਨੰਦ ਵੱਧਦਾ ਜਾਏਗਾ। ਅੱਜ ਦੇ ਪਾਵਨ ਪਵਿੱਤਰ ਵਾਕ ਵਿੱਚ ਕੁਝ ਇਸ ਤਰ੍ਹਾਂ ਦੀ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ। ਤੁਛ ਬੁੱਧੀ ਅਨੁਸਾਰ ਜਿਹੜਾ ਖੁਲਾਸਾ ਮੈਂ ਕਰ ਸਕਦਾ ਸੀ, ਸਾਦੇ ਜਿਹਾ ਲਫ਼ਜ਼ਾਂ ਚ, ਸਰਲ ਜਿਹਾ ਭਾਸ਼ਾ ਚ, ਬਹੁਤ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ। ਮਨੁੱਖ ਕੋਲ ਬੜੀ ਪ੍ਰਬਲ ਸ਼ਕਤੀ ਹੈ, ਚੇਤੇ ਸ਼ਕਤੀ, ਜੋ ਯਾਦ ਆ ਰਿਹਾ ਹੈ, ਸੰਬੰਧ ਜੁੜੇ ਹੋਏ ਹੈ। ਦਾਦਾ ਭਾਵੇਂ ਨਹੀਂ ਰਿਹਾ, ਪਰ ਯਾਦਾਂ ਕਰਕੇ ਸੰਬੰਧ ਜੁੜੇ ਹੋਏ ਹੈ। ਦਾਦੀ ਭਾਵੇਂ ਨਹੀਂ ਰਹੀ,
ਯਾਦ ਕਰਕੇ ਸੰਬੰਧ ਜੁੜੇ ਹੋਇਆ ਹੈ। ਪਰਮਾਤਮਾ ਭਾਵੇਂ ਹੈ, ਸੰਬੰਧ ਟੁੱਟੇ ਆਏ ਕਿਉਂਕਿ ਯਾਦ ਵਿੱਚ ਸਿਮਰਤੀ ਵਿੱਚ। ਜੋ ਨਹੀਂ ਹੈ ਉਹ ਤੇ ਯਾਦਾਂ ਦਾ ਹਿੱਸਾ ਬਣੇ ਹੋਏ ਨੇ, ਯਾਦ ਆਉਂਦਾ ਬਾਰ ਬਾਰ ਯਾਦ ਆਉਂਦਾ। ਜੋ ਹੈ ਯਾਦ ਨਹੀਂ ਆ ਰਿਹਾ, ਇਸ ਵਾਸਤੇ ਕਥਾ ਕੀਰਤਨ ਸੁਣਨਾ, ਸਤਸੰਗ ਕਰਨਾ, ਪਾਠ ਪੂਜਾ ਕਰਨਾ ਮੈਂ ਇਸ ਵਾਸਤੇ ਕਿਧਰੇ ਇੱਕ ਦਫਾ ਯਾਦ ਆ ਜਾਏ, ਯਾਦ ਆ ਗਿਆ ਫਿਰ ਬੋਲੇਗਾ ਹੀ, ਫਿਰ ਕਬੀਰ ਵਾਲੀ ਹਾਲਤ ਬਣ ਜਾਏਗੀ। ਬਿਸਰਤ ਨਾਹੀਂ ਮਨ ਤੇ ਹਰੇ, ਇਤਨੇ ਪਰਬਲ ਯਾਦ ਆਨੰਦ। ਹੁਣ ਮੈਂ ਭੁਲਾਵਾਂ, ਭੁਲਾਣਾ ਵੀ ਚਾਹਵਾਂ ਤੇ ਨਹੀਂ ਭੁਲਾ ਸਕਦਾ। ਕੁਛ ਐਸਾ ਵੀ ਹੁੰਦਾ ਕਿਸੇ ਨੂੰ ਯਾਦ ਵੀ ਕਰਨਾ ਚਾਹੀਏ ਤੇ ਨਹੀਂ ਯਾਦ ਆਉਂਦਾ, ਸਿਮਰਤੀ ਬਹੁਤ ਥੱਲੇ ਪਈ ਹੁੰਦੀ ਹੈ, ਕਦੀ ਕਦਾ ਹੀ ਆਉਂਦਾ। ਇਸ ਤਰ੍ਹਾਂ ਦੀ ਵਿਚਾਰ ਇਸ ਪਾਵਨ ਪਵਿੱਤਰ ਵਾਦ ਵਿੱਚ ਸਤਿਗੁਰਾਂ ਨੇ ਦਿੱਤੀ ਹੈ। ਲੜੀ ਵਾਰ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਕਰੋ, ਸਿਮਰਨ ਕਰੋ, ਸੁਖ ਦੀ ਪ੍ਰਾਪਤੀ ਹੋਵੇਗੀ। ਸਾਸ ਸਾਸ ਦੇ ਵਿੱਚ ਖੁਦ ਦੀ ਸੰਭਾਲ ਕਰੋ, ਕੋਈ ਵੀ ਸਵਾਸ ਵਿਅਰਥ ਨਾ ਚਲਾ ਜਾਏ। ਨੰਦ ਲਾਲ ਇਸ ਸੰਬੰਧ ਵਿੱਚ ਕਹਿੰਦੇ ਨੇ ਕਿ ਇੱਕਦਮ ਯਕਦਮ ਬਖੇਸ਼ ਰਾਹ ਨਾ ਬੁਰਦਮ ਕੇ ਕੀ ਸਤਮ, ਐ ਵਾਹ ਨਕਦੇ ਜ਼ਿੰਦਗੀ ਰਾਹ ਗਾਉਂਦਾ। ਮੇਰੀ ਤੇ ਸਾਰੀ ਨਕਦੀ ਬਰਬਾਦ ਹੋ ਗਈ, ਇਕਦਮ ਜੋ ਮੇਰੇ ਮੋਜ ਸੀ ਉਹਦੀ ਯਾਦ ਤੋਂ ਬਿਨਾਂ ਲੰਘ ਗਈ। ਬਗੈਰ ਅਜ ਯਾਦੇ ਖੁਦਾ ਦਮ ਕੇ ਗੁਜਸਤ, ਅਲ ਗਿਆ ਮਾਂ ਗਫਲਤੇ ਮਾਂ ਅਲ ਗਿਆ। ਬਗੈਰ ਪ੍ਰਭੂ ਤੇਰੀ ਯਾਦ ਤੋਂ ਜਿਹੜਾ ਮੇਰਾ ਦਮ ਨਿਕਲ ਗਿਆ, ਮੈਨੂੰ ਜੀਵਨ ਭਰ ਉਸਦਾ ਅਫਸੋਸ ਰਹਿੰਦਾ, ਅਫਸੋਸ ਰਹਿੰਦਾ। ਕਿਤਨੇ ਸਵਾਸ ਉਹਦੀ ਯਾਦ ਤੋਂ ਬਿਨਾਂ ਚਲੇ ਜਾਂਦੇ ਨੇ। ਨੰਦ ਲਾਲ ਕਹਿੰਦੇ ਜਿਹੜਾ ਇੱਕ ਸਵਾਸ ਤੇਰੀ ਯਾਦ ਤੋਂ ਬਿਨਾਂ ਲੰਘ ਜਾਂਦਾ ਹੈ ਕਿਸੇ ਕਾਰਨ ਕਰਕੇ, ਮੈਨੂੰ ਅਫਸੋਸ ਬੜਾ ਹੁੰਦਾ, ਮੈਨੂੰ ਉਸਦਾ ਦੁੱਖ ਬੜਾ ਹੁੰਦਾ। ਕਿਉਂਕਿ ਦਮ ਤੇ ਸਰਮਾਇਆ ਸੀ, ਦਮ ਤੇ ਹੀ ਕੀਮਤੀ ਧਨ ਸੀ, ਬਰਬਾਦ ਚਲਾ ਗਿਆ, ਅਜਾਈ ਚਲਾ ਗਿਆ। ਮਹਾਰਾਜ ਕਹਿੰਦੇ ਨੇ ਸਾਲ ਸਾਲ ਵਿੱਚ ਉਹਦੀ ਸਿਮਰਤੀ ਕਰੋ, ਉਹਦਾ ਸਿਮਰਨ ਕਰੋ, ਉਹਦੀ ਸੰਭਾਲ ਕਰੋ। ਹਾਂਜੀ, ਇਹ ਇਸ ਲੋਕ ਦੇ ਤੇ ਪਰਲੋਕ ਦੇ, ਸਰੀਰ ਦੇ ਤਲ ਤੇ ਤੇ ਆਤਮਾ ਦੇ ਤਲ ਤੇ, ਇਹ ਸਰੀਰਕ ਲੋਕ ਦੇ ਤੇ ਅਧਿਆਤਮਕ ਲੋਕ ਵਿੱਚ ਰਖਵਾਲਾ, ਜਿੱਧਰ ਕਿੱਧਰ ਸਹਾਇਕ ਹੈ, ਮਦਦਗਾਰ ਹੈ, ਕਿਉਂਕਿ ਵਿਆਪਕ ਹੈ ਹਰ ਜਗ੍ਹਾ। ਪੁੱਤਰ ਸਹਾਇਕ ਨਹੀਂ ਹੋ ਸਕਦਾ, ਮਿੱਤਰ ਸਹਾਇਕ ਨਹੀਂ ਹੋ ਸਕਦਾ, ਕਿਉਂਕਿ ਹਰ ਜਗ੍ਹਾ ਹੋ ਨਹੀਂ ਸਕਦਾ। ਪਰ ਉਹ ਤੇ ਹਰ ਜਗ੍ਹਾ ਹੈ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਇਸ ਵਾਸਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿੱਥੇ ਹਰ ਆਰਾਧੀਏ, ਕਿਧਰੇ ਵੀ ਆਰਾਧਨਾ ਕਰੋ, ਉਜਾੜ ਦੇ ਚ, ਬਾਜ਼ਾਰ ਦੇ ਚ, ਘਰ ਦੇ ਚ, ਬਾਹਰ ਦੇ ਚ, ਸਫ਼ਰ ਦੇ ਚ, ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਾਧੀਏ, ਕਿਸੇ ਥਾਂ ਵੀ ਉਸ ਨੂੰ ਪੁਕਾਰੋ।
ਯਾਦ ਕਰੋ ਮਦਦਗਾਰ ਮੌਜੂਦ ਅਤੇ ਵਿਆਪਕ ਹੈ ਜਿੱਧਰ ਕਿੱਧਰ ਮਹਾਰਾਜ ਕਹਿੰਦੇ ਨੇ ਉਹ ਰਖਵਾਲਾ ਰਕਸ਼ਾ ਕਰਨ ਵਾਲਾ। ਹਾਂਜੀ ਗੁਰੂ ਦਾ ਸ਼ਬਦ ਗੁਰੂ ਦਾ ਬੋਲ ਹੁਣ ਜੀਵਨ ਦੇ ਨਾਲ ਵਸਦਾ ਹੈ ਬਿਲਕੁਲ ਅੰਗ ਸੰਗ ਰਹਿੰਦਾ। ਹਾਂਜੀ ਬਾਹਰ ਦੀ ਸੰਪਦਾ ਨੂੰ ਇਹ ਤਿੰਨ ਖਤਰੇ ਹਨ, ਚੋਰ ਲੈ ਜਾ ਸਕਦਾ, ਡਕੈਤ ਲੈ ਜਾ ਸਕਦਾ, ਪਾਣੀ ਡੋਬ ਸਕਦੀ ਹੈ, ਅੱਗ ਜਲਾ ਸਕਦੀ ਹੈ, ਪਰ ਇਹ ਗੁਰੂ ਦਾ ਵਚਨ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਸ ਵਚਨ ਨੂੰ ਜਲ ਡੋਬ ਨਹੀਂ ਸਕਦਾ, ਅਗਨ ਜਲਾ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦਾ। ਇਹ ਅਸਲੀ ਸਰਮਾਇਆ ਹੈ, ਅਸਲੀ ਧਨ ਹੈ ਜੋ ਮੇਰੇ ਨਾਲ ਹੈ, ਮੇਰੇ ਕੋਲ ਹੈ। ਪਾਤਸ਼ਾਹ ਇੰਜ ਕਹਿ ਰਹੇ ਹੇ ਪ੍ਰਭੂ, ਤੇਰੀ ਹੋਂਦ ਤੇਰਾ ਨਾਮ ਗੁਰੂ ਦਾ ਸ਼ਬਦ ਇੰਜ ਹੈ ਜਿਵੇਂ ਨਿਰਧਨ ਨੂੰ ਖੁੱਲਾ ਧਨ ਮਿਲ ਜਾਏ, ਜਿਵੇਂ ਅੰਧੇ ਨੂੰ ਅੱਖਾਂ ਮਿਲ ਜਾਣ, ਡੰਗੋਰੀ ਮਿਲ ਜਾਏ, ਜਿਵੇਂ ਤੜਪਦੇ ਹੋਏ ਰੋਂਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ। ਹੇ ਪ੍ਰਭੂ, ਤੇਰਾ ਨਾਮ ਇਸ ਤਰ੍ਹਾਂ ਹੈ, ਤੇਰਾ ਸ਼ਬਦ ਇਸ ਤਰ੍ਹਾਂ ਹੈ। ਹਾਂਜੀ ਤੇਰਾ ਨਾਮ ਇਸ ਤਰ੍ਹਾਂ ਹੈ ਜਿਵੇਂ ਡੁੱਬਦੇ ਹੋਏ ਸਾਗਰ ਵਿੱਚ ਜਹਾਜ਼ ਮਿਲ ਗਿਆ, ਬੇੜਾ ਮਿਲ ਗਿਆ, ਤੇਰੀ ਕਿਰਪਾ, ਤੇਰੀ ਰਹਿਮਤ, ਤੇਰਾ ਨਾਮ ਮਿਲਿਆ ਔਰ ਮਹਿਸੂਸ ਹੋ ਰਿਹਾ। ਇਹ ਤੇ ਇਸ ਤਰ੍ਹਾਂ ਹੈ ਜਿਵੇਂ ਬੱਚੇ ਨੂੰ ਦੁੱਧ ਮਿਲ ਗਿਆ, ਨਿਰਧਨ ਨੂੰ ਧਨ ਮਿਲ ਗਿਆ, ਅੰਧੇ ਨੂੰ ਅੱਖਾਂ ਮਿਲ ਗਈਆਂ।